ਸਤਿ ਸ੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਤਾਕਤ ਪੰਜਾਬ। ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ, ਮੇਰੇ ਨਾਲ ਉੱਗੇ ਸਿਆਸੀ ਵਾਹਰ ਪ੍ਰੋਫੈਸਰ ਰਣ ਸਿੰਘ ਧਾਲੀਵਾਲ ਜੀ ਮੌਜੂਦ ਨੇ। ਹੁਣ ਤੱਕ ਦੀਆਂ ਬੇਹੱਦ ਅਹਿਮ ਖਬਰਾਂ ਦੇ ਉੱਤੇ ਅਸੀਂ ਚਰਚਾ ਕਰਾਂਗੇ। ਉਮੀਦ ਹੈ ਕਿ ਤੁਸੀਂ ਆਪਣੇ ਵਿਚਾਰ ਪੰਜਾਬੀ ਚ ਕਮੈਂਟ ਕਰੋਗੇ ਤੇ ਲਾਈਕ ਸ਼ੇਅਰ ਜ਼ਰੂਰ ਕਰੋਗੇ। ਸਵਾਗਤ ਹੈ ਤੁਹਾਡਾ ਪ੍ਰੋਫੈਸਰ ਸਾਹਿਬ। ਮਿਹਰਬਾਨੀ ਜੀ, ਮੈਂ ਵੀ ਲਗਭਗ 10 ਹਫ਼ਤਿਆਂ ਤੋਂ ਬਾਅਦ ਵਿਦੇਸ਼ ਜਾਣ ਕਰਕੇ ਰੂਬਰੂ ਨਹੀਂ ਹੋ ਸਕਿਆ। ਆਪਣੇ ਸਾਰੇ ਚੈਨਲ ਦੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਜੀ, ਤੁਹਾਨੂੰ ਵੀ ਸਤਿ ਸ੍ਰੀ ਅਕਾਲ ਜੀ। ਜੀ ਬਿਲਕੁਲ, ਬੜੀ ਬੇਸਬਰੀ ਦੇ ਨਾਲ ਅਸੀਂ ਵੀ ਉਡੀਕ ਕਰ ਰਹੇ ਸੀਗੇ, ਕਿਉਂਕਿ ਤੁਹਾਡਾ ਜਿਹੜਾ ਵਿਸ਼ਲੇਸ਼ਣ ਹੈ ਉਹ ਆਪਣੇ ਆਪ ਦੇ ਵਿੱਚ ਇੱਕ ਅਹਿਮੀਅਤ ਰੱਖਦਾ ਹੈ ਮੁਲਕ ਦੀ, ਪੰਜਾਬ ਦੀ ਸਿਆਸਤ ਨੂੰ ਲੈ ਕੇ, ਜਾਂ ਜਿਸ ਵੀ ਪੱਧਰ ਦੇ ਉੱਤੇ ਅਸੀਂ ਚਰਚਾ ਨੂੰ ਅੱਗੇ ਵਧਾਉਂਦੇ ਹਾਂ। ਜੋ ਪ੍ਰੋਫੈਸਰ ਅੱਜ ਦੇ ਹਾਲਾਤ ਨੇ, ਜਿਸ ਤਰੀਕੇ ਦੇ ਨਾਲ ਅਰਵਿੰਦ ਕੇਜਰੀਵਾਲ ਹੋਰਾਂ ਦੀ ਗ੍ਰਿਫਤਾਰੀ ਹੋਈ, ਉਹਨਾਂ ਨੂੰ ਰਿਮਾਂਡ ਤੇ ਲੈ ਲਿਆ ਗਿਆ 23 ਮਾਰਚ ਨੂੰ, ਦੇ ਨਾ ਇੱਕ ਪਾਸੇ ਤਾਂ ਸ਼ਹੀਦ ਭਗਤ ਸਿੰਘ ਰਾਜਗੁਰੂ ਤੇ ਸੁਖਦੇਵ ਸਿੰਘ ਹੋਰਾਂ ਨੂੰ, ਸੁਖਦੇਵ ਹੋਰਾਂ ਨੂੰ ਯਾਦ ਕੀਤਾ ਜਾ ਰਿਹਾ, ਤੇ ਦੂਜੇ ਪਾਸੇ ਆਮ ਆਦਮੀ ਪਾਰਟੀ ਜਿਹੜੀ ਇਨਕਲਾਬ ਚੋਂ ਨਿਕਲੀ ਉਸ ਇਨਕਲਾਬ ਦੀ ਗੱਲ ਕਰਦੀ ਹੈ, ਉਹਨਾਂ ਦੀਆਂ ਤਸਵੀਰਾਂ ਵਰਤਦੀ ਹੈ ਸ਼ਹੀਦ ਭਗਤ ਸਿੰਘ ਹੋਰਾਂ ਦੀਆਂ, ਡਾਕਟਰ ਬੀ ਆਰ ਅੰਬੇਦਕਰ ਹੋਰਾਂ ਦੀਆਂ, ਉਹ ਅੱਜ ਵੀ ਅਰਵਿੰਦ ਕੇਜਰੀਵਾਲ ਦੇ ਉੱਤੇ ਜੋ ਭ੍ਰਿਸ਼ਟਾਚਾਰ ਦੇ ਇਲਜ਼ਾਮ ਲੱਗੇ ਨੇ ਉਹਨੂੰ ਲੈ ਕੇ ਉਹੀ ਦਾਅਵੇ ਕਰਦੀ ਹੈ ਕਿ ਇੱਕ ਬਹੁਤ ਵੱਡਾ ਕਹਿੰਦੇ ਇਨਕਲਾਬ ਕਰਨਾ ਪੈਣਾ ਜੇ ਕੇਜਰੀਵਾਲ ਸਾਹਿਬ ਨੂੰ ਮਤਲਬ ਕਿ ਬਾਹਰ ਲੈ ਕੇ ਆਉਣਾ ਜੇਲ੍ਹ ਦੇ ਵਿੱਚੋਂ, ਜਿਸ ਤਰੀਕੇ ਦੇ ਨਾਲ ਉਹ ਸਵਾਲ ਤਾਨਾਸ਼ਾਹੀ ਜਿਹੜੀ ਹੈ ਕੇਂਦਰ ਦੀ ਸਰਕਾਰ ਨੂੰ ਕਹਿ ਕੇ ਉਹਨਾਂ ਦੇ ਉੱਤੇ ਚੁੱਕ ਰਹੇ ਨੇ, ਜਾਂ ਹੋਰ ਬਹੁਤ ਸਾਰਾ ਕੁਝ ਨਾਲੋ ਨਾਲ ਚੱਲ ਰਿਹਾ ਜੋ ਹੁਣ ਤੱਕ ਦੀਆਂ ਅਪਡੇਟਸ ਆ ਉਹ ਮੈਂ ਦੱਸਿਆ। ਤੇ ਇਹਦੇ ਵਿੱਚ ਇਹ ਹੈ ਕਿ ਉਧਰੋਂ ਸੁਨੀਲ ਜਾਖੜ ਹੋਣੀ ਉਹ ਪੰਜਾਬ ਦੀ ਪਾਲਿਸੀ ਨੂੰ ਲੈ ਕੇ ਗਵਰਨਰ ਸਾਹਿਬ ਨੂੰ ਮਿਲ ਕੇ ਹਟੇ ਨੇ, ਉਹਨਾਂ ਨੇ ਵੀ ਆਪਣੇ ਤਰਕ ਦਿੱਤੇ ਨੇ। ਮੁੱਖ ਮੰਤਰੀ ਭਗਵੰਤ ਮਾਨ ਜਿਹੜੇ ਨੇ ਉਹ ਦਿੱਲੀ ਦੇ ਵਿੱਚ ਸਮੁੱਚੀ ਆਮ ਆਦਮੀ ਪਾਰਟੀ ਲੀਡਰਸ਼ਿਪ ਨੂੰ ਲੈ ਕੇ ਵੱਡੇ ਪੱਧਰ ਦੇ ਉੱਤੇ ਪ੍ਰਦਰਸ਼ਨ ਕਰ ਰਹੇ ਨੇ, ਉੱਥੇ ਇਸ ਗੱਲ ਦਾ ਜ਼ਿਕਰ ਕਰ ਰਹੇ ਨੇ ਕਿ ਸਮਾਂ ਜਿਹੜਾ ਆ ਉਹ ਮੇਰੇ ਉੱਤੇ ਵੱਡੀਆਂ ਜ਼ਿੰਮੇਵਾਰੀਆਂ ਪਾਉਂਦਾ ਤੇ ਅਸੀਂ ਔਖੇ ਸਮੇਂ ਚੋਂ ਨਿਕਲ ਜਾਵਾਂਗੇ। ਐਕਸਪੋਜ਼ ਕੀਤਾ ਜਾ ਰਿਹਾ ਦਿੱਲੀ ਵਾਲੀ ਜਿਹੜੀ ਸ਼ਰਾਬ ਪਾਲਿਸੀ ਹੈ, ਐਕਸਾਈਜ਼ ਪਾਲਿਸੀ ਹੈ, ਉਹਨੂੰ ਲੈ ਕੇ ਕੇਂਦਰ ਸਰਕਾਰ ਨੂੰ ਕਿ ਤੁਸੀਂ ਜਾਣ ਬੁੱਝ ਕੇ ਇਹਦੇ ਵਿੱਚ ਉਲਝਾ ਰਹੇ ਹੋ। ਹੁਣ ਇਸ ਸਿਆਸਤ ਨੂੰ ਕਿਵੇਂ ਸਮਝਿਆ ਜਾਵੇ? ਇੱਕ ਪਾਸੇ ਇਨਕਲਾਬ ਦੀਆਂ ਗੱਲਾਂ, ਸ਼ਹੀਦ ਭਗਤ ਸਿੰਘ ਦੀ ਸੋਚ ਦੀਆਂ ਗੱਲਾਂ, ਤੇ ਦੂਜੇ ਪਾਸੇ ਜਦੋਂ ਤੁਹਾਡੇ ਉੱਤੇ ਭ੍ਰਿਸ਼ਟਾਚਾਰ ਦੇ ਇਲਜ਼ਾਮ ਲੱਗ। ਬਿਲਕੁਲ ਤੁਸੀਂ ਠੀਕ ਕਿਹਾ ਸੁਖਵਿੰਦਰ, ਇਹਨੂੰ ਦੋ ਭਾਗਾਂ ਚ ਵੰਡਣਾ ਪਊਗਾ। ਜੇ ਤਾਂ ਆਪਾਂ ਇਹਦਾ ਵਿਸ਼ਲੇਸ਼ਣ ਕਰੀਏ ਕਿ ਕੀ ਆਮ ਆਦਮੀ ਪਾਰਟੀ ਭਗਤ ਸਿੰਘ ਦਾ ਲੜ ਫੜ ਕੇ ਉਹਦੀ ਵਿਚਾਰਧਾਰਾ ਨੂੰ ਲੈ ਕੇ ਲੋਕਾਂ ਦੇ ਵਿੱਚ ਜਿਹੜੀ ਗੱਲ ਕਰ ਰਹੀ ਹੈ ਕਿ ਅਸੀਂ ਉਸ ਦੇ ਵਾਰਸ ਹਾਂ ਤੇ ਅਸੀਂ ਉਸ ਦੀ ਸੋਚ ਤੇ ਚੱਲਣ ਵਾਲੇ ਲੋਕ ਹਾਂ, ਇਹ ਇੱਕ ਵੱਖਰਾ ਵਿਸ਼ਾ ਹੈ। ਤੇ ਇਸ ਵਿਸ਼ੇ ਦੇ ਉੱਤੇ ਉਹ ਪਾਰਟੀ ਪੂਰੀ ਨਹੀਂ ਉਤਰਦੀ। ਕੁੱਲ ਮਿਲਾ ਕੇ ਜੇ ਆਪਾਂ ਇਸ ਨੂੰ ਅੱਜ ਦੇ ਸੰਦਰਭ 'ਚ ਦੇਖੀਏ, ਇਹ ਪਾਰਟੀ ਬਾਕੀ ਰਾਜਨੀਤਿਕ ਪਾਰਟੀਆਂ ਵਰਗੀ ਪਾਰਟੀ ਹੈ, ਉਹਨਾਂ ਨਾਲੋਂ ਕੋਈ ਵੱਖਰੀ ਨਹੀਂ ਹੈ। ਤੇ ਜਿਹੜਾ ਵਖਰੇਵਾਂ ਇਹ ਦਿਖਾ ਰਹੀ ਸੀ ਕਿ ਅਸੀਂ ਵੱਖਰੇ ਹਾਂ, ਉਹਦੇ ਵਿੱਚ ਲਗਭਗ ਐਕਸਪੋਜ਼ ਹੋ ਗਈ ਹੈ। ਸੋ ਇਸ ਕਰਕੇ ਇਹ ਮੰਨ ਲੈਣਾ ਕਿ ਇਹ ਸੱਚੇ ਭਗਤ ਸਿੰਘ ਦੇ ਵਾਰਸ ਨੇ ਤੇ ਭਗਤ ਸਿੰਘ ਦੀ ਵਿਚਾਰਧਾਰਾ ਤੇ ਚੱਲ ਰਹੇ ਨੇ, ਇਹ ਵਿਵਾਦਪੂਰਨ ਹੈ। ਇਹਦੇ ਤੇ ਬਹੁਤ ਸਾਰੀ ਬਹਿਸ ਹੋ ਸਕਦੀ ਹੈ, ਪਰੰਤੂ ਮੈਨੂੰ ਇਹ ਲੱਗਦਾ ਹੈ ਵੀ ਅੱਜ ਦੇ ਸੰਦਰਭ ਵਿੱਚ ਇਹ ਹੱਲ ਦੀ ਘੜੀ, ਇਹ ਮੁੱਦਾ ਜਿਹੜਾ ਨਾ ਇਹ ਬਹੁਤ ਵੱਡਾ ਨਹੀਂ ਹੈ। ਹੱਲ ਦੀ ਘੜੀ ਮੁੱਦਾ ਇਹ ਹੈ ਕਿ ਰਾਜਨੀਤਿਕ ਤੌਰ ਤੇ ਚੋਣਾਂ ਦਾ ਮਾਹੌਲ ਹੋਣ ਕਰਕੇ ਜਿਸ ਕਿਸਮ ਨਾਲ ਕੇਂਦਰ ਦੀ ਸੱਤਾਧਾਰੀ ਧਿਰ ਭਾਰਤੀ ਜਨਤਾ ਪਾਰਟੀ, ਜਾਂ ਤੁਸੀਂ ਇਹ ਕਹਿ ਲਓ ਕਿ ਜਿਹੜਾ ਉਹਨਾਂ ਦਾ ਅਲਾਇੰਸ ਹੈ NDA, ਉਸ ਤੋਂ ਬਾਹਰ ਜਿਹੜੀਆਂ ਪਾਰਟੀਆਂ ਦਾ ਰਾਜ ਹੈ, ਜਿੱਥੇ ਜਿੱਥੇ ਵੱਖ ਵੱਖ ਪਾਰਟੀਆਂ ਦੇ CM ਨੇ, ਉਹਨਾਂ ਨਾਲ ਕੇਂਦਰ ਦੀ ਸੱਤਾਧਾਰੀ ਧਿਰ ਭਾਰਤੀ ਜਨਤਾ ਪਾਰਟੀ ਦੀ ਜਿਸ ਕਿਸਮ ਨਾਲ ਟਾਈ ਪਈ ਹੋਈ ਹੈ, ਲੜਾਈ ਚੱਲ ਰਹੀ ਹੈ, ਔਰ ਉਹ ਜਿਹੜੀ ਲੜਾਈ ਹੈ ਉਹ
ਕਾਨੂੰਨ ਅਨੁਸਾਰ ਨਾ ਹੋ ਕੇ ਗੈਰ ਕਾਨੂੰਨੀ ਹੁੰਦੀ ਜਾ ਰਹੀ ਹੈ, ਉਹਦੇ ਵਿੱਚ ਜਿਹੜਾ ਕਾਨੂੰਨ ਨੂੰ ਛਿੱਕੇ ਤੇ ਟੰਗਿਆ ਜਾ ਰਿਹਾ, ਸੰਵਿਧਾਨ ਨੂੰ ਛਿੱਕੇ ਤੇ ਟੰਗਿਆ ਜਾ ਰਿਹਾ, ਲੋਕਾਂ ਦੀ ਰਾਏ ਨੂੰ ਮਾੜਾ ਚੰਗਾ, ਮਤਲਬ ਜਦੋਂ ਲੋਕਾਂ ਨੇ ਕਿਸੇ ਇੱਕ ਰਾਜਨੀਤਿਕ ਪਾਰਟੀ ਨੂੰ ਵੋਟਾਂ ਪਾਈਆਂ ਨੇ, ਜੇ ਅਸੀਂ ਸੰਵਿਧਾਨ 'ਚ ਵਿਸ਼ਵਾਸ ਕਰਦੇ ਹਾਂ ਤਾਂ ਸਾਨੂੰ ਲੋਕ ਰਾਏ ਨੂੰ ਮਹੱਤਤਾ ਦੇਣੀ ਪਊਗੀ, ਉਹਨਾਂ ਨੂੰ ਮਾਨਤਾ ਦੇਣੀ ਪਊਗੀ। ਅਸੀਂ ਇਹ ਨਹੀਂ ਕਹਿ ਸਕਦੇ ਕਿ ਤੁਸੀਂ ਜਿੱਤ ਗਏ ਅਸੀਂ ਤੁਹਾਨੂੰ ਹਟਾ ਦਾਂਗੇ ਜਾਂ ਤੁਹਾਨੂੰ ਸੱਤਾ ਨਹੀਂ ਚਲਾਉਣ ਦੇਵਾਂਗੇ ਜਾਂ ਤੁਹਾਡੇ ਅੜਿੱਕੇ ਡਾਵਾਂਗੇ, ਮਤਲਬ ਇਹ ਸੰਵਿਧਾਨ ਇਸ ਗੱਲ ਦੀ ਇਜਾਜ਼ਤ ਨਹੀਂ ਦਿੰਦਾ। ਸੋ ਮੈਨੂੰ ਇਹ ਲੱਗਦਾ ਕਿ ਅੱਜ ਦੀ ਬਹਿਸ ਦਾ ਜਿਹੜਾ ਸੰਦਰਭ ਹੈ ਜਿਹੜਾ ਮੁੱਖ ਵਿਸ਼ਾ ਹੈ ਉਹ ਇਹ ਹੋਣਾ ਚਾਹੀਦਾ ਕਿ ਅਜੋਕੇ ਸਮੇਂ ਦੇ ਵਿੱਚ ਜਿਸ ਕਿਸਮ ਨਾਲ ਜਿਹੜੀ ਕੇਂਦਰ ਦੀ ਸੱਤਾਧਾਰੀ ਧਿਰ ਹੈ ਉਹ ਵੱਖ ਵੱਖ ਸਟੇਟਾਂ ਦੀਆਂ ਵੱਖ ਵੱਖ ਪਾਰਟੀਆਂ ਨਾਲ, ਜਿਹੜੀਆਂ ਬੀਜੇਪੀ ਦੀ ਵਿਰੋਧੀ ਪਾਰਟੀਆਂ ਨੇ ਉਹਨਾਂ ਨਾਲ ਉਹਨਾਂ ਦਾ ਵਤੀਰਾ ਵਿਸ਼ੇਸ਼ ਤੌਰ ਤੇ ਕਿਹਾ ਜਾਏ, ਪਰੰਤੂ ਹੁਣ ਕੇਂਦਰ ਬਿੰਦੂ ਹੈ ਜਿਹੜਾ, ਕਿਉਂਕਿ ਉਹ ਕੇਜਰੀਵਾਲ ਬਣ ਗਏ ਨੇ, ਇਸ ਲਈ ਅੱਜ ਦੀ ਬਹਿਸ ਦੇ ਵਿੱਚ ਇਹ ਜ਼ਰੂਰੀ ਬਣ ਜਾਂਦਾ ਹੈ ਕਿ ਆਪਾਂ ਇਹ ਗੱਲ ਇਸ ਤੇ ਕਰੀਏ ਕਿ ਕੀ ਇਹ ਸਾਰਾ ਕੁਛ ਨਿਯਮਾਂ ਅਨੁਸਾਰ ਕਾਨੂੰਨ ਦੀ ਦਾਇਰੇ 'ਚ ਰਹਿ ਕੇ ਹੋ ਰਿਹਾ ਹੈ ਜਾਂ ਕਾਨੂੰਨ ਤੋਂ ਬਾਹਰ ਜਾ ਕੇ ਹੋ ਰਿਹਾ ਹੈ। ਦੂਜਾ ਇਹਦਾ ਵਿਸ਼ਾ ਇਹ ਹੋ ਸਕਦਾ ਹੈ ਕਿ ਇਸ ਦਾ ਅਸਰ ਕੀ ਹੋਏਗਾ, ਕਿਉਂਕਿ ਚੋਣਾਂ ਦਾ ਵਿਸ਼ਾ ਹੈ ਨਾ, ਇਹ ਦੋ ਗੱਲਾਂ ਨੇ, ਇਹਦਾ ਅਸਰ ਸੱਤਾਧਾਰੀ ਧਿਰ ਜੋ ਭਾਰਤੀ ਜਨਤਾ ਪਾਰਟੀ ਤੇ ਵੀ ਹੋਏਗਾ, ਇਹਦਾ ਅਸਰ ਜਿਹੜੀ ਇੰਡੀਆ ਅਲਾਇੰਸ ਹੈ ਉਹਤੇ ਵੀ ਹੋਏਗਾ ਤੇ ਆਮ ਆਦਮੀ ਪਾਰਟੀ ਉੱਤੇ ਵੀ ਹੋਏਗਾ। ਸੋ ਮੈਨੂੰ ਇਹ ਲੱਗਦਾ ਹੈ ਕਿ ਇਹ ਦੋ ਵਿਸ਼ੇ ਵੱਡੇ ਨੇ ਕਿ ਕੀ ਇਹ ਸਾਰਾ ਕੁਛ ਸੰਵਿਧਾਨ ਦੇ ਦਾਇਰੇ 'ਚ ਹੋ ਰਿਹਾ, ਇੱਕ ਕੀ ਇਹ ਨੈਤਿਕ ਤੌਰ ਤੇ ਠੀਕ ਹੋ ਰਿਹਾ ਜਾਂ ਗਲਤ, ਤੀਸਰਾ ਇਸਦਾ ਪ੍ਰਭਾਵ ਕੀ ਹੋਏਗਾ। ਮੈਨੂੰ ਇਹ ਲੱਗਦਾ ਕਿ ਇਸ ਵਿਸ਼ੇ ਤੇ ਜੇ ਆਪਾਂ ਬਹਿਸ ਕਰੀਏ ਜ਼ਿਆਦਾ ਠੀਕ ਗੱਲ ਹੋਏਗੀ। ਜੀ ਜੀ ਪ੍ਰੋਫੈਸਰ, ਬਿਲਕੁਲ ਤੁਸੀਂ ਦੁਰੁਸਤ ਕਿਹਾ, ਇਹ ਇਸੇ ਚਰਚਾ ਨੂੰ ਤੁਸੀਂ ਅੱਗੇ ਵਧਾਇਓ, ਸਵਾਲ ਤੁਸੀਂ ਆਪ ਹੀ ਖੜੇ ਕਰ ਦਿੱਤੇ ਨੇ। ਸਿਰਫ ਇਸ ਗੱਲ ਦਾ ਮੈਂ ਥੋੜਾ ਜਿਹਾ ਮੈਨੂੰ ਜਵਾਬ ਦਿਓ ਕਿ ਜਦੋਂ ਇਹ ਗੱਲ ਉੱਠਦੀ ਹੈ ਜਿਵੇਂ ਆਮ ਆਦਮੀ ਪਾਰਟੀ ਜਾਂ ਭਗਵੰਤ ਮਾਨ ਸਾਹਿਬ ਇਸ ਗੱਲ ਦਾ ਜ਼ਿਕਰ ਕਰਦੇ ਨੇ ਕਿ ਵੱਡੇ ਇਨਕਲਾਬ ਦੇ ਨਾਲ ਅਰਵਿੰਦ ਕੇਜਰੀਵਾਲ ਜੇਲ੍ਹ ਵਿੱਚੋਂ ਬਾਹਰ ਆਉਣਗੇ, ਹੁਣ ਇਸ ਵੱਡੇ ਇਨਕਲਾਬ ਦੇ ਅਸੀਂ ਅਰਥ ਕੀ ਸਮਝੇ, ਕਿਉਂਕਿ ਇਨਕਲਾਬ ਦੇ ਨਾਅਰੇ ਤੇ ਗਾਹ ਵੀ ਦਿੱਤੇ ਜਾਂਦੇ ਰਹਿਣਗੇ ਤੇ ਪਿਛਾਹ ਵੀ ਦਿੱਤੇ ਜਾਂਦੇ ਰਹੇ ਨੇ। ਦੇਖੋ ਜਿਹੜਾ ਇਨਕਲਾਬ ਹੁੰਦਾ ਨਾ, ਇਨਕਲਾਬ ਸ਼ਬਦ ਦਾ ਆਪਦੇ ਆਪ ਚ ਅਰਥ ਇਹ ਹੁੰਦਾ ਕਿ ਬਹੁਤ ਵੱਡੀ ਤਬਦੀਲੀ, ਜਿਹਨੂੰ ਆਪਾਂ ਕਹਿ ਦਈਏ ਕਿ ਇੱਕ ਕਿਸਮ ਨਾਲ ਟੋਟਲ ਤਬਦੀਲੀ, ਉਹਨੂੰ ਇਨਕਲਾਬ ਕਹਿੰਦੇ ਆ। ਤਬਦੀਲੀ ਤੇ ਕਈ ਵਾਰੀ ਐਂ ਵੀ ਆ ਜਾਂਦੀ ਹੈ ਨਾ, ਇੱਕ ਪਾਰਟੀ ਦਾ ਰਾਜ ਸੀ ਹੁਣ ਦੂਜੀ ਦਾ ਆ ਗਿਆ ਫਿਰ ਤੀਜੀ ਦਾ ਆ ਗਿਆ, ਪਰ ਨੀਤੀਆਂ ਚ ਕੋਈ ਵਾਲੀ ਅੰਤਰ ਨਹੀਂ ਆਉਂਦਾ। ਇਨਕਲਾਬ ਦਾ ਅਰਥ ਇਹ ਸੀ ਕਿ ਟੋਟਲ ਸਿਸਟਮ ਦੇ ਵਿੱਚ ਜਿੱਥੇ ਜਿੱਥੇ ਤਬਦੀਲੀ ਰਿਕੁਆਇਰਡ ਹੈ ਉਹ ਸਾਰੀ ਤਬਦੀਲੀ ਲਿਆ ਦਿੱਤੀ ਜਾਵੇ, ਉਹ ਚਾਹੇ ਸਰਕਾਰੀ ਮਸ਼ੀਨਰੀ ਚ ਹੋਵੇ, ਚਾਹੇ ਸਰਕਾਰੀ ਸਿਸਟਮ ਚ ਹੋਵੇ, ਚਾਹੇ ਉਹ ਬਣਦੇ ਨਿਯਮਾਂ ਚ ਸੋਧ ਕਰਨੀ ਪਵੇ, ਪੁਲਿਸ ਚ ਸੋਧ ਕਰਨੀ ਪਵੇ, ਬਿਊਰੋਕਰੇਸੀ ਚ ਸੋਧ ਕਰਨੀ ਪਵੇ, ਤੇ ਜਿਹੜਾ ਸਾਡਾ ਕਾਰਪੋਰੇਟ ਜਗਤ ਵਾਲਾ ਸਿਸਟਮ ਹੈ, ਵਪਾਰ ਦੀਆਂ ਨੀਤੀਆਂ ਨੇ ਜਿਹੜੀਆਂ, ਇਹਨਾਂ ਚ ਸੋਧ ਕਰਨੀ ਪਵੇ, ਕਿਸਾਨ ਪ੍ਰਤੀ ਨੀਤੀਆਂ ਨੇ ਜਿਹੜੀਆਂ, ਖੇਤੀ ਨੀਤੀਆਂ, ਸੁਰੱਖਿਆ ਨੀਤੀਆਂ, ਇਹ ਸਾਰੀਆਂ ਟੋਟਲ ਨੀਤੀਆਂ 'ਚ ਜਦੋਂ ਜੋੜ ਕੇ ਹੋਲਿਸਟਿਕ ਜਿਹਨੂੰ ਅਸੀਂ ਕਹਿੰਦੇ ਹਾਂ, ਸਰਬਵਿਆਪੀ ਤਬਦੀਲੀਆਂ ਜਦੋਂ ਕੀਤੀਆਂ ਜਾਂਦੀਆਂ ਨੇ ਉਹਨੂੰ ਇਨਕਲਾਬ ਕਹਿੰਦੇ ਹਾਂ। ਉਹਦੀ ਗੱਲ ਭਾਵੇਂ ਆਮ ਆਦਮੀ ਪਾਰਟੀ ਨੇ ਕੀਤੀ, ਉਸ ਸੀਮਤ ਦਾਇਰੇ 'ਚ ਚੱਲਦੇ ਹੋਏ ਭਾਵੇਂ ਹੁਣ ਇਹ ਸਾਬਤ ਹੋ ਗਿਆ ਕਿ ਕਰਪਸ਼ਨ ਦੇ ਅਗੇਂਸਟ ਇੱਕ ਅੰਦੋਲਨ ਜਿਹੜਾ ਸਪੋਂਸਰ ਕੀਤਾ ਜਾਂ ਪ੍ਰਮੋਟ ਕੀਤਾ ਕਹਿ ਲਓ ਇੱਕ ਵਿਸ਼ੇਸ਼ ਸਮਾਜਿਕ
ਜਿਹੜੀ ਜਥੇਬੰਦੀ ਸੀ ਜਿਹਨੂੰ ਅਸੀਂ ਆਰ ਐਸ ਐਸ ਕਹਿੰਦੇ ਹਾਂ, ਉਹਦੇ ਵਿੱਚ ਇਹਨਾਂ ਨੇ ਭਾਗ ਲਿਆ ਤੇ ਉਹਦੇ ਵਿੱਚੋਂ ਆਮ ਆਦਮੀ ਪਾਰਟੀ ਨਿਕਲੀ। ਜਦੋਂ ਕਿ ਉਹ ਇਨਕਲਾਬ ਦੀ ਗੱਲ ਨਹੀਂ ਸੀ, ਉਹਦੇ ਵਿੱਚ ਸਿਰਫ ਤੇ ਸਿਰਫ ਕਰਪਸ਼ਨ ਦਾ ਏਜੰਡਾ ਲੈ ਕੇ ਕਿ ਭਾਰਤ ਨੂੰ ਕਰਪਸ਼ਨ ਫਰੀ ਕਰਨ ਲਈ ਅਸੀਂ ਇੱਕ ਪ੍ਰੋਗਰਾਮ ਦੇਵਾਂਗੇ। ਉਹਦੇ ਵਿੱਚ ਉਹ ਪਾਪੂਲਰ ਹੋ ਗਏ, ਇੱਕ ਸੂਬੇ ਚ ਉਹਨਾਂ ਦੀ ਪਹਿਲੀ ਵਾਰੀ ਕੁਛ ਐਮ ਐਲ ਏ ਜਿੱਤ ਗਏ, ਕਾਂਗਰਸ ਨਾਲ ਰਲ ਕੇ ਸਰਕਾਰ ਬਣੀ, ਦੂਜੀ ਵਾਰੀ ਉਹ ਪੂਰੀ ਤਰ੍ਹਾਂ ਜਿੱਤ ਗਏ, ਫਿਰ ਉਹਨਾਂ ਨੇ ਕੁਛ ਕੰਮ ਵੀ ਕੀਤਾ। ਪਰੰਤੂ ਜਦੋਂ ਉਹਨਾਂ ਨੇ ਕੁਛ ਕੰਮ ਕੀਤਾ ਜਿਹੜਾ ਲੋਕਾਂ ਨੇ ਸਲਾਹਿਆ, ਜਾਂ ਇਹ ਕਹਿ ਲਓ ਲੋਕਾਂ ਨੂੰ ਉਹ ਕੰਮ ਚੰਗਾ ਲੱਗਿਆ, ਪਰੰਤੂ ਉਸਦੇ ਵਿੱਚ ਹੋਇਆ ਇਹ ਕਿ ਜਿਹੜੇ ਉਹਦੇ ਵਿੱਚ ਉਹਨਾਂ ਦੇ ਸਾਰੇ ਮਿੱਤਰ ਸੀ, ਉਹ ਵੱਡੇ ਵੱਡੇ ਲੋਕ, ਉਹਨਾਂ ਨੇ ਸਿਆਣੇ ਲੋਕ, ਵੱਡਿਆਂ ਤੋਂ ਭਾਵ ਮੇਰਾ ਇੱਥੇ ਇਹ ਹੈ ਅਮੀਰ ਨਹੀਂ, ਸਿਆਣੇ ਲੋਕ ਉਹਨਾਂ ਨੂੰ ਮਨਜ਼ੂਰ ਨਹੀਂ ਹੋਏ, ਚਾਹੇ ਉਹਨਾਂ ਚ ਪ੍ਰਸ਼ਾਂਤ ਭੂਸ਼ਣ ਹੋਣ, ਚਾਹੇ ਕੁਮਾਰ ਵਿਸ਼ਵਾਸ ਹੋਣ, ਚਾਹੇ ਜੋਗਿੰਦਰ ਯਾਦਵ ਹੋਣ, ਉਹ ਸਾਰੇ ਲਾਂਭੇ ਕਰਕੇ ਉਸ ਪਾਰਟੀ ਨੂੰ ਉਹਨਾਂ ਨੇ ਲੋਕਤੰਤਰਿਕ ਜਿਹੜੀਆਂ ਕਦਰਾਂ ਕੀਮਤਾਂ ਦੀ ਬਜਾਏ ਇੱਕ ਆਦਮੀ ਦੇ ਕੰਟਰੋਲ ਚ, ਜਿਵੇਂ ਬਾਕੀ ਪਾਰਟੀਆਂ ਵੀ ਸਾਡੇ ਮੁਲਕ ਚ ਉੱਦਾਂ ਹੀ ਨੇ, ਇੱਕ ਆਦਮੀ ਦੇ ਪਾਰਟੀ ਚੋਂ ਕੰਟਰੋਲ ਚ ਹੋ ਗਈ। ਉਹਦੇ ਨਾਲ ਇੱਕ ਕਿਸਾਨ ਅੰਦੋਲਨ ਚੱਲਿਆ, ਉਹ ਅੰਦੋਲਨ ਦਾ ਫਾਇਦਾ ਉਹ ਭਾਵੇਂ ਕਿਸੇ ਜਥੇਬੰਦੀ ਨੇ ਚਲਾਇਆ, ਉਹਦੇ ਪਿੱਛੇ ਕੋਈ ਹੋਰ ਹੋ ਸਕਦਾ ਹੈ, ਉਹ ਸੰਘਰਸ਼ ਬੜਾ ਦੁਨੀਆ ਦਾ ਜਾਣਿਆ ਜਾਣ ਵਾਲਾ ਸੰਘਰਸ਼ ਸੀ, ਪਰੰਤੂ ਉਹ ਸੰਘਰਸ਼ ਦਾ ਵੱਡਾ ਫਾਇਦਾ ਆਮ ਆਦਮੀ ਪਾਰਟੀ ਨੂੰ ਪੰਜਾਬ ਚ ਮਿਲ ਗਿਆ। ਆਪਾਂ ਕਹੀਏ ਦੋ ਸੂਬਿਆਂ ਚ ਸਰਕਾਰ ਹੋ ਗਈ। ਸੋ ਹੁਣ ਇਸ ਗੱਲ ਨੂੰ ਆਪਾਂ ਇਹ ਕਹੀਏ ਕਿ ਉਹ ਇਨਕਲਾਬ ਵੱਲੋਂ ਬਹੁਤ ਨਹੀਂ ਵਧੇ, ਪਰੰਤੂ ਦੂਜੀਆਂ ਪਾਰਟੀਆਂ ਨਾਲੋਂ ਉਹਨਾਂ ਨੇ ਇੱਕ ਮੁੱਦਾ ਲੈ ਕੇ ਸਿਹਤ ਸੇਵਾਵਾਂ ਤੇ ਐਜੂਕੇਸ਼ਨ ਨੂੰ ਪ੍ਰਚਾਰਿਆ ਬਹੁਤ, ਉਹਦਾ ਫਾਇਦਾ ਵੀ ਮਿਲਿਆ, ਪਰੰਤੂ ਹਾਲੇ ਪੰਜਾਬ ਵਿੱਚ ਸਾਨੂੰ ਕੋਈ ਬਹੁਤ ਵੱਡੇ ਨਤੀਜੇ ਇੱਥੇ ਨਹੀਂ ਦਿਖਾਈ ਦੇ ਰਹੇ। ਜਦੋਂ ਕਿ ਦਿੱਲੀ ਦੀ ਗਰੀਬ ਜਨਤਾ ਨੂੰ ਇਹ ਲੱਗਦਾ ਹੈ, ਗਰੀਬ ਜਨਤਾ ਨੂੰ ਇਹ ਲੱਗਦਾ ਕਿ ਉਹਨਾਂ ਨੇ ਅੱਛਾ ਕੰਮ ਕੀਤਾ ਔਰ ਗਰੀਬ ਜਨਤਾ ਉਹਨਾਂ ਦਾ ਸਾਥ ਦੇ ਰਹੀ ਹੈ, ਪਰੰਤੂ ਇਹ ਸਾਰੇ ਕਾਸੇ ਦੇ ਵਿੱਚ ਸਮਝਿਆ ਇਹ ਜਾਂਦਾ ਸੀ ਇਸ ਪਾਰਟੀ ਨੇ, ਜਿਹੜਾ ਇਹਨਾਂ ਦੇ ਲੀਡਰ ਸੀ ਕੇਜਰੀਵਾਲ ਜੀ, ਉਹਨਾਂ ਨੇ ਇੱਕ ਵਿਸ਼ੇਸ਼ ਵਰਗ ਵੱਲ ਝੁਕਾ ਦਿਖਾਇਆ, ਜਿਹਦੇ ਕਰਕੇ ਇਹ ਲੱਗਿਆ ਕਿ ਸਾਨੂੰ ਇਹ ਭਾਰਤੀ ਜਨਤਾ ਪਾਰਟੀ ਦੀ ਬੀ ਪਾਰਟੀ ਹੈ। ਇਸੇ ਕਰਕੇ ਇਹਦਾ ਸ਼ਹਿਰਾਂ ਦੇ ਵਿੱਚ ਜ਼ਿਆਦਾ ਫਲਾ ਹੋਇਆ। ਇਸੇ ਕਰਕੇ ਜਿਹੜੇ ਇੱਕ ਹੋਰ ਵਿਸ਼ੇਸ਼ ਕਮਿਊਨਿਟੀ ਨਾਲ ਜੁੜੇ ਹੋਏ ਅੰਦੋਲਨ, ਜਿਵੇਂ CAA, ਉਹਦਾ ਇਸ਼ੂ ਚੱਲਿਆ, ਇਹ ਉਹਨਾਂ ਤੋਂ ਕਿਨਾਰਾ ਵੱਟ ਗਏ। ਇਹਨਾਂ ਨੇ ਮਤਲਬ ਲੋਕਤੰਤਰ ਨੂੰ ਧਿਆਨ 'ਚ ਰੱਖਦੇ ਹੋਏ ਉਹਨਾਂ ਦੀ ਸਪੋਰਟ ਨਹੀਂ ਕੀਤੀ, ਉਹਦੇ ਚੁੱਪੇਧਾਰੀ ਰੱਖੀ ਜਿੱਥੇ ਕਿਤੇ ਵੀ। ਈਵਨ ਕਿਸਾਨ ਅੰਦੋਲਨ ਬਾਰੇ ਵੀ ਇਹਨਾਂ ਦੀ ਰਾਏ ਸੀ, ਦਬਵੀਂ ਸੁਰ 'ਚ ਕਿਤੇ ਉਹਦੀ ਸਪੋਰਟ ਕਰਦੇ ਸੀ, ਬਹੁਤ ਦਮਖਮ ਨਾਲ ਇਹ ਉਸਦੀ ਸਪੋਰਟ ਇਹ ਨਹੀਂ ਕਰ ਸਕੇ। ਸੋ ਇਸ ਕਰਕੇ ਇਨਕਲਾਬ ਤੋਂ ਤਾਂ ਇਹ ਦੂਰ ਹੈ, ਪਰੰਤੂ ਹੁਣ ਜੇ ਆਪਾਂ ਇਸੇ ਗੱਲ ਨੂੰ ਨਵੇਂ ਸੰਦਰਭ 'ਚ ਕਰੀਏ, ਇਹਦਾ ਆ ਗਿਆ ਇਨਕਲਾਬ ਦਾ ਪੱਖ, ਨਵੇਂ ਸੰਦਰਭ 'ਚ ਇਹ ਕਰੀਏ ਕਿ ਇਹ ਜਿਹੜੀ ਜਿਨ੍ਹਾਂ ਦੀ ਇਹ ਬੀ ਪਾਰਟੀ ਕਹਾਉਂਦੀ ਸੀ, ਆਲਮੋਸਟ ਇਹਨਾਂ ਦੀ ਟਾਈ ਉਹਨਾਂ ਨਾਲ ਪੈ ਗਈ ਕਿ ਉਹਨਾਂ ਦੇ ਵੋਟ ਬੈਂਕ ਨੂੰ ਇਹਨਾਂ ਨੇ ਕੈਪਚਰ ਕਰਨਾ ਸ਼ੁਰੂ ਕਰਤਾ। ਤਾਂ ਭਾਰਤੀ ਜਨਤਾ ਪਾਰਟੀ ਨੂੰ ਲੱਗਿਆ ਕਿ ਇਸ ਤਰ੍ਹਾਂ ਇਹ ਨਾ ਹੋਵੇ ਕਿ ਆਉਣ ਵਾਲੇ ਸਮੇਂ 'ਚ ਇਹ ਪਾਰਟੀ ਸਾਡੀਆਂ ਵੋਟਾਂ ਨੂੰ ਖੋਰਾ ਲਾ ਦੇਵੇ। ਪਰੰਤੂ ਇਹਨਾਂ ਨੇ ਆਪਦਾ, ਹਰ ਇੱਕ ਪਾਰਟੀ ਦਾ ਆਪਦਾ ਆਧਾਰ ਬਲ ਵਧਾਉਣਾ ਹੁੰਦਾ ਉਹਨਾਂ ਨੇ, ਇਹਨਾਂ ਨੇ ਵੱਖ ਵੱਖ ਸੂਬਿਆਂ ਵਿੱਚ ਆਧਾਰ ਬਲ ਵਧਾਉਣ ਦੀ ਕੋਸ਼ਿਸ਼ ਕੀਤੀ, ਗੁਜਰਾਤ ਵਿੱਚ ਵੀ, ਗੋਆ ਵਿੱਚ ਵੀ, ਮਾੜਾ ਮੋਟਾ ਮੱਧ ਪ੍ਰਦੇਸ਼ ਵਿੱਚ ਵੀ, ਹਰਿਆਣਾ ਵਿੱਚ ਵੀ, ਪਰੰਤੂ ਕੋਈ ਬਾਹਲੀ ਸਫਲਤਾ ਮਿਲ ਨਹੀਂ ਸਕੀ। ਮਾੜੀ ਮੋਟੀ ਕਿਤੇ ਇਹਨਾਂ ਦੀ ਥੋੜਾ ਬਹੁਤਾ ਦਿਖਾਈ ਦਿੱਤਾ, ਇਹਨਾਂ ਨੇ ਪ੍ਰਚਾਰ ਹੋਇਆ। ਹੁਣ ਜਿਹੜੀ ਗੱਲ ਇੱਥੋਂ ਆਪਾਂ ਸ਼ੁਰੂ ਕਰਦੇ ਹਾਂ
ਕਿ ਉਹਦੇ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਇੱਕ ਡਰ ਲੱਗਿਆ ਕਿ ਹੋਵੇ ਨਾ ਹੋਵੇ ਇਹ ਜਿਹੜੀ ਪਾਰਟੀ ਹੈ ਕਿਤੇ ਸਾਡਾ ਵੋਟ ਬੈਂਕ ਨਾ ਚਰਾ ਕੇ ਲੈ ਗਏ ਜਿਹਦੇ ਨਾਲ ਅਸੀਂ ਕਮਜ਼ੋਰ ਹੋ ਜਾਈਏ। ਉਹਨਾਂ ਨੇ ਇਹਨਾਂ ਨਾਲ ਸਮਝੌਤਾ ਵੀ ਨਹੀਂ ਕੀਤਾ ਕਿਉਂਕਿ ਸਮਝੌਤਾ ਹੋ ਵੀ ਨਹੀਂ ਸੀ ਸਕਣਾ। ਦੋਨਾਂ ਦਾ ਵੋਟ ਬੈਂਕ ਇੱਕ ਹੈ, ਦੇਖੋ ਜਾਂ ਤਾਂ ਇਹ ਉਹਨਾਂ ਦੇ ਵਿੱਚ ਮਰਜ ਹੋ ਜਾਣ, ਸਮਝੌਤਾ ਨਹੀਂ ਹੋ ਸਕਣਾ ਇਹਨਾਂ ਦਾ। ਇਸ ਕਰਕੇ ਇੱਕ ਮੌਕਾ ਬਣਿਆ ਪਿਛਲੇ ਸਮੇਂ ਦੇ ਵਿੱਚ, ਜਿਸ ਦੇ ਵਿੱਚ ਲੱਗਿਆ ਕਾਂਗਰਸ ਨੇ ਔਖੇ ਸੌਖੇ ਹੋ ਕੇ ਗਿਵਨ ਸਿਚੁਏਸ਼ਨ ਦੇ, ਭਾਵੇਂ ਉਹਦੀ ਸਥਿਤੀ ਬਹੁਤ ਕਮਜ਼ੋਰ ਹੈ, ਇੰਡੀਆ ਅਲਾਇੰਸ ਸਾਰੀਆਂ ਵਿਰੋਧੀ ਪਾਰਟੀਆਂ ਨਾਲ ਬਣਾ ਲਿਆ। ਉਹ ਵਿਰੋਧੀ ਪਾਰਟੀਆਂ ਜਿਹੜੀਆਂ ਸੀਗੀਆਂ ਬੀਜੇਪੀ ਦੀਆਂ ਵੱਖ ਵੱਖ ਖੇਤਰ ਦੇ ਵਿੱਚ, ਜਿਹਨੂੰ ਅਸੀਂ ਖੇਤਰੀ ਪਾਰਟੀ ਕਹਿੰਦੇ ਹਾਂ, ਉਹਦੇ ਵਿੱਚ ਆਮ ਆਦਮੀ ਪਾਰਟੀ ਨੇ ਵੀ ਦਿੱਲੀ ਦੇ ਵਿੱਚ ਇੱਕ ਅਲਾਇੰਸ ਕਰ ਲਿਆ, ਜਿਸ ਦਾ ਭਾਰਤੀ ਜਨਤਾ ਪਾਰਟੀ ਨੂੰ ਇੱਕ ਵੱਡਾ ਖਤਰਾ ਹੋ ਗਿਆ ਕਿ ਇਹ ਨਾ ਹੋਵੇ ਇਸ ਅਲਾਇੰਸ ਨਾਲ ਦਿੱਲੀ ਦੀਆਂ 7 ਦੀਆਂ 7 ਸੀਟਾਂ ਸਾਡੀਆਂ ਚੱਲੀਆਂ ਜਾਣ। ਇਸ ਤੋਂ ਵੀ ਅੱਗੇ ਚੱਲ ਕੇ ਇਹ ਸਿਚੁਏਸ਼ਨ ਬਣ ਗਈ ਪੰਜਾਬ 'ਚ, ਭਾਰਤੀ ਜਨਤਾ ਪਾਰਟੀ ਨੇ ਪਿਛਲੇ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਨਵੇਂ ਐਕਸਪੈਰੀਮੈਂਟ ਕੀਤੇ। ਉਹਨਾਂ ਨੂੰ ਇਹ ਲੱਗਿਆ ਕਿ ਕੀ ਅਸੀਂ ਅਕਾਲੀ ਦਲ ਤੋਂ ਬਿਨਾਂ ਕਿਤੇ ਨੇੜੇ ਤੇੜੇ ਲੱਗ ਸਕਦੇ ਹਾਂ, ਸਰਕਾਰ ਬਣਾਉਣ ਦੇ ਨੇੜੇ ਤੇੜੇ ਲੱਗ ਸਕਦੇ ਹਾਂ। ਕਿਉਂਕਿ ਭਾਰਤੀ ਜਨਤਾ ਪਾਰਟੀ ਦੀ ਇੱਕ ਨੀਤੀ ਬੜੀ ਕਮਾਲ ਦੀ ਰਹੀ ਹੈ ਕਿ ਜਿੱਥੇ ਇਹਨਾਂ ਦੀ ਸਰਕਾਰ ਨਹੀਂ ਬਣਦੀ ਉੱਥੇ ਇਹ ਉੱਥੋਂ ਦੀ ਕੋਈ ਪਾਰਟੀ ਨੂੰ ਲੈ ਕੇ, ਚਾਹੇ ਉਹ ਮਹਾਰਾਸ਼ਟਰ 'ਚ ਹੋਵੇ, ਚਾਹੇ ਉਹ ਪੰਜਾਬ 'ਚ ਟਰਾਈ ਕਰਨੀ ਹੋਵੇ, ਚਾਹੇ ਉਹ ਹਰਿਆਣਾ 'ਚ ਹੋਵੇ, ਉੱਥੇ ਦਲ ਬਦਲੀ ਕਰਾ ਕਰੂ ਕੇ ਇਸ ਤਰ੍ਹਾਂ ਦਾ ਕੰਮ ਕਰਕੇ ਇਹਨਾਂ ਨੇ ਸੱਤਾ ਹਥਿਆਉਣ ਦੇ ਯਤਨ ਕੀਤੇ। ਤੇ ਇਸ ਤਰ੍ਹਾਂ ਦੀ ਜਿਹੜੀ ਪੁਜੀਸ਼ਨ ਸੀ ਦਿੱਲੀ ਤੇ ਪੰਜਾਬ 'ਚ ਆਉਂਦੀ ਦਿਖਾਈ ਨਹੀਂ ਦਿੱਤੀ। ਕਿਉਂ? ਕਿਉਂਕਿ ਆਮ ਆਦਮੀ ਦੇ ਪਾਰਟੀ ਦੇ ਜਿਹੜੇ MLA ਸੀ ਉਹਨਾਂ ਦੀ ਗਿਣਤੀ ਬਹੁਤ ਜ਼ਿਆਦਾ ਸੀ, ਉੱਥੇ 5-7 ਬੰਦੇ ਪੱਟ ਕੇ ਠੀਕ ਨਹੀਂ ਸੀ ਆ ਰਿਹਾ ਕੰਮ। ਇਹਦੇ ਵਿੱਚ ਭਾਰਤੀ ਜਨਤਾ ਪਾਰਟੀ ਕਾਮਯਾਬ ਨਹੀਂ ਹੋਈ। ਫਿਰ ਭਾਰਤੀ ਜਨਤਾ ਪਾਰਟੀ ਨੇ ਇੱਕ ਜਿਹੜਾ ਨਵਾਂ ਸਿਸਟਮ ਆਰੰਭਿਆ, ਉਹਦੇ ਵਿੱਚ ਉਹ ਹੋਇਆ ਕਿ ਨਵਾਂ ਕਾਨੂੰਨ ਜਿਹੜਾ ਇਹ ਆਇਆ ਸੀ ਜਿਹੜਾ PMLA ਕਹਿੰਦੇ ਹਾਂ ਜਿਹਨੂੰ ਅਸੀਂ, ਮਨੀ ਲੈਂਡਰਿੰਗ ਵਾਲਾ ਜਿਹੜਾ ਇਹ ਐਕਟ ਹੈ ਨਾ, ਉਹਦੇ ਵਿੱਚ ਇਸ ਤਰ੍ਹਾਂ ਦੀ ਜਿਹੜੀ ਪੁਰਾਣ ਪਹਿਲਾਂ ਲੋਕਾਂ ਨੂੰ ਸਮਝ ਨਹੀਂ ਆਈ, ਉਹਦੀਆਂ ਪ੍ਰੋਵੀਜ਼ਨ ਇੱਦਾਂ ਦੀਆਂ ਨੇ ਕਿ ਜਿਹਦੇ ਤੇ ਉਹ ਕੇਸ ਦਰਜ ਹੋ ਜਾਂਦਾ ਉਹ ਕੇਸ ਦੇ ਵਿੱਚ NDPS ਐਕਟ ਦੀ ਤਰ੍ਹਾਂ ਜ਼ਮਾਨਤੀ ਜੀ ਨਹੀਂ ਮਿਲਦੀ। ਤੇ ਜਨਤਾ ਨੂੰ ਇਹ ਲੱਗਦਾ, ਆਮ ਭੋਲੀ ਭਾਲੀ ਜਨਤਾ ਨੂੰ ਇਹ ਲੱਗਦਾ ਕਿ ਜਦੋਂ ਜ਼ਮਾਨਤ ਨਹੀਂ ਮਿਲਦੀ ਇਹਦਾ ਮਤਲਬ ਜਿਹੜਾ ਦੋਸ਼ ਹੈ ਬਹੁਤ ਗੰਭੀਰ ਹੋਏਗਾ ਇਹ। ਹਾਲਾਂਕਿ ਜਿਹੜੇ ਕਾਂਗਰਸ ਤੇ ਦੋਸ਼ ਲੱਗੇ ਸੀ ਉਹ ਸਾਰੇ ਦੋਸ਼ ਕਿਤੇ ਬਰੀ ਹੋ ਗਏ, ਕਾਂਗਰਸ ਦਾ ਕੋਈ ਬੰਦਾ ਨਹੀਂ ਫਸਿਆ ਉਹ ਚ, ਚਾਹੇ ਉਹ DRAJA ਹੋਵੇ ਚਾਹੇ ਕਾਨੀ ਮੋਦੀ ਹੋਵੇ, ਸਾਰਿਆਂ ਦਾ ਕੁਛ ਨਹੀਂ ਬਣਿਆ ਉਹਦੇ ਦਾ, ਜਿਹੜੇ ਕਾਂਗਰਸ ਦੇ ਨਾਲ ਉਸ ਸਮੇਂ ਅਲਾਇੰਸ 'ਚ ਸੀਗੇ ਉਹਨਾਂ ਨਾਲ ਵੀ। ਪਰੰਤੂ ਇਹਦੇ ਵਿੱਚ ਇਹਨਾਂ ਨੇ ਗੁਪਤ ਤਰੀਕੇ ਨਾਲ ਇਸ ਤਰ੍ਹਾਂ ਇੱਕ ਚਲਾ ਲਿਆ ਕੰਮ, ਇੱਕ ਤਾਂ ਜਿਹੜਾ ਆਹ ਜਿਹੜਾ ਇਲੈਕਟੋਰਲ ਬੌਂਡ ਵਾਲਾ, ਉਹ ਭਾਵੇਂ ਕੇਸ ਉਦੋਂ ਦਾ ਚੱਲ ਰਿਹਾ ਸੀ ਪਰ ਬਿਲਕੁਲ ਇਲੈਕਸ਼ਨਾਂ ਦੇ ਨੇੜੇ ਆ ਕੇ ਉਹਦਾ ਰਿਜ਼ਲਟ ਏਦਾਂ ਦਾ ਆ ਗਿਆ, ਕੋਰਟ ਦੇ ਆਰਡਰ ਏਦਾਂ ਦੇ ਆ ਗਏ ਜਿਹਦੇ ਵਿੱਚ BJP ਦੋਨੇ ਤਰੀਕਿਆਂ ਨਾਲ, ਨੈਤਿਕ ਤਰੀਕੇ ਨਾਲ ਵੀ ਤੇ ਨਿਆਂਪੂਰਵਕ ਤਰੀਕੇ ਨਾਲ ਵੀ ਫਸਦੀ ਲੱਗ ਰਹੀ ਹੈ। ਔਰ ਮੈਂ ਤੁਹਾਨੂੰ ਮੇਰੀ ਜੱਜਮੈਂਟ ਇਹ ਹੈ ਵੀ ਇਹ 'ਚ ਸਾਲ ਜਿੰਨੇ ਮਰਜ਼ੀ ਲੱਗ ਜਾਣ ਪਰ BJP ਦੇ ਵੱਡੇ ਨੇਤਾ ਅੰਦਰ ਜਾਣਗੇ ਇਹਦੇ ਵਿੱਚ, ਇਹ ਰੁਕਣਾ ਨਹੀਂ ਇਹ ਕੰਮ। ਕਿਉਂਕਿ ਜਦੋਂ ਸਾਡੀ ਜਿਹੜੀ ਪਾਰਲੀਮੈਂਟ ਨਿਆਂਪਾਲਕ ਹੈ ਜਿਹਨੂੰ ਅਸੀਂ ਸੁਪਰੀਮ ਕੋਰਟ ਕਹਿੰਦੇ ਹਾਂ, ਉਹਨੇ ਇੱਕ ਕਾਨੂੰਨ ਨੂੰ ਹੀ ਅਨਕੰਸਟੀਟਿਊਸ਼ਨਲ ਡਿਕਲੇਅਰ ਕਰਤਾ, ਇਹਦਾ ਮਤਲਬ ਦੋਸ਼ੀ ਤਾਂ ਸਾਰੇ ਹੋ ਗਏ, ਰਿਸ਼ਵਤ ਲੈਂਦੇ ਦਿੰਦੇ ਤਾਂ ਹੋ ਗਏ।
ਇਹਨਾਂ ਨੇ ਕੇਸ ਨਹੀਂ ਦਰਜ ਕਰਨਾ, ਈਡੀ ਨੇ ਨਹੀਂ ਕਰਨਾ, ਸਾਰੇ ਪ੍ਰਭਾਵ ਥੱਲੇ ਨੇ। ਪਰੰਤੂ ਕੱਲ ਨੂੰ ਉਹੀ ਧਿਰਾਂ ਕੋਰਟ ਚ ਜਾਣਗੀਆਂ, ਉਹਨਾਂ ਨੇ ਕੋਰਟ ਨੂੰ ਹਦਾਇਤ ਮਤਲਬ ਬੇਨਤੀ ਕਰਨੀ ਹੈ ਕਿ ਜੀ ਇਹਨਾਂ ਤੇ ਪਰਚਾ ਦਰਜ ਕੀਤਾ ਜਾਵੇ। ਉਹ ਪ੍ਰੋਸੀਜਰ ਲੰਬਾ, ਉਹ ਚ ਹੋ ਸਕਦਾ ਹੋਰ 4 ਸਾਲ ਲੱਗ ਜਾਣ। ਪਰੰਤੂ ਇੱਕ ਦਿਨ ਆ ਗਏ ਜਦੋਂ ਕੋਰਟ ਚ ਪ੍ਰੋਸੀਜਰ ਤੁਰ ਪਿਆ, ਕੋਰਟ ਨੂੰ ਆਰਡਰ ਕਰਨੇ ਪੈਣੇ ਨੇ ਕਿ ਬਿਲਕੁਲ ਇਹ ਪਰਚਾ ਬਣਦਾ ਹੈ, ਉਦੋਂ ਆ ਕੇ ਉਹ ਉਲਝਣ ਪਏਗੀ ਕਾਫੀ ਵੱਡੀ। ਇਹਦੇ ਵਿੱਚ ਜਦੋਂ ਬੀਜੇਪੀ ਨੂੰ ਇਹ ਲੱਗਿਆ ਕਿ ਆਪਾਂ ਫਸਦੇ ਹਾਂ, ਆਪਣੀ ਆਪ ਗਲਤੀਆਂ ਕੀਤੀਆਂ, ਜਿਹੜਾ ਕੇਜਰੀਵਾਲ ਨੂੰ ਅਰੈਸਟ ਕੀਤਾ ਉਹਨੂੰ ਅਰੈਸਟ ਇਸ ਕਿਸਮ ਨਾਲ, ਉਹਦੀ ਟਾਈਮਿੰਗ ਇਸ ਕਿਸਮ ਨਾਲ ਹੋਈ ਜਿਹਦੇ ਵਿੱਚ ਲੋਕਾਂ ਦੀ ਹਮਦਰਦੀ ਜੋ ਦਿਖਾਈ ਦੇ ਰਹੀ ਹੈ ਉਹ ਕੇਜਰੀਵਾਲ ਨਾਲ ਚਲੀ ਗਈ। ਬੀਜੇਪੀ ਨੂੰ ਇਹ ਲੱਗਦਾ ਕਿ ਇਸ ਗੱਲ ਦਾ ਭਾਰੀ ਨੁਕਸਾਨ ਹੋਏਗਾ। ਹੁਣ ਇਸ ਤੋਂ ਵੀ ਅੱਗੇ ਬੀਜੇਪੀ ਫਸ ਗਈ, ਜਾਂ ਤੇ ਬੀਜੇਪੀ ਇਸ ਕੇਸ ਨੂੰ ਇਸ ਤਰ੍ਹਾਂ 20 ਦਿਨਾਂ ਚ ਮਹੀਨੇ ਚ ਇਸ ਤਰ੍ਹਾਂ ਪ੍ਰੋਜੈਕਟ ਕਰਦੇ ਤੇ ਸਾਬਤ ਕਰਦੇ ਕਿ ਕੇਜਰੀਵਾਲ ਬਹੁਤ ਵੱਡਾ ਦੋਸ਼ੀ ਹੈ। ਪਰੰਤੂ ਹੁਣ ਦਬਾਉ ਇਹ ਆ ਗਿਆ ਕਿ ਜੇਕਰ ਕੇਜਰੀਵਾਲ ਸ਼ਰਾਬ ਦੇ ਧੰਦੇ ਚ ਰਿਸ਼ਵਤ ਲੈਣ ਦਾ ਦੋਸ਼ੀ ਹੈ, ਉਸੇ ਧੰਦੇ ਦੇ ਵਿੱਚ ਜਿਹੜਾ ਇੱਕ ਵਿਅਕਤੀ ਅਪਰੂਵਰ ਬਣਿਆ, ਜਿਹਨੂੰ ਅਸੀਂ ਵਾਅਦਾ ਮਾਫ ਗਵਾਹ ਕਹਿੰਦੇ ਹਾਂ, ਜਿਸ ਦਿਨ ਉਹ ਵਾਅਦਾ ਮਾਫ ਗਵਾਹ ਬਣਿਆ, 5 ਦਿਨਾਂ ਬਾਅਦ ਇਸ ਕੇਸ 'ਚ ਉਹਨੂੰ ਜ਼ਮਾਨਤ ਮਿਲ ਜਾਂਦੀ ਹੈ, ਜਦੋਂ ਕਿ PMLA ਐਕਟ ਦੇ ਵਿੱਚ ਅੱਜ ਤੱਕ ਜ਼ਮਾਨਤ ਕਿਸੇ ਨੂੰ ਨਹੀਂ ਮਿਲੀ, ਚਾਹੇ ਉਹ ਸਿਸੋਦੀਆ ਹੋਵੇ, ਚਾਹੇ ਉਹ ਸੰਜੇ ਸਿੰਘ ਹੋਵੇ, ਚਾਹੇ ਉਹਨਾਂ ਤੋਂ ਕੁਛ ਬਰਾਮਦ ਹੋਇਆ ਹੋਵੇ, ਚਾਹੇ ਨਹੀਂ ਹੋਇਆ ਹੋਵੇ, ਪਰੰਤੂ ਉਸ ਵਿਅਕਤੀ ਨੂੰ ਜ਼ਮਾਨਤ ਮਿਲ ਗਈ ਜਿਹੜਾ ਅਪਰੂਵਰ ਬਣਿਆ। ਤੇ ਉਹਨੇ ਦਲੀਲ ਇਹ ਦਿੱਤੀ ਸੀ ਜੋ ਮੈਂ ਪੜ੍ਹਿਆ ਕਿ ਜੀ ਮੇਰੀ ਕਮਰ 'ਚ ਦਰਦ ਹੈ, ਮੇਰੀ ਬੈਕਬੋਨ ਪ੍ਰੋਬਲਮ ਹੈ, ਇਸ ਲਈ ਮੈਨੂੰ ਜ਼ਮਾਨਤ ਦਿੱਤੀ ਜਾਵੇ। ਤੇ ਉਹਦੇ ਵਿੱਚ ਖਾਸ ਗੱਲ ਇਹ ਹੋਈ ਕਿ ED ਦੇ ਜਿਹੜੇ ਵਕੀਲ ਸੀ, ਜਿਹਨੂੰ ਸਰਕਾਰੀ ਵਕੀਲ ਕਹਿੰਦੇ ਆਪਾਂ, ਉਹਨਾਂ ਨੇ ਉਹ ਜ਼ਮਾਨਤ ਅਪੋਜ ਨਹੀਂ ਕੀਤੀ, ਇਹਦੇ ਕਰਕੇ ਉਹ ਜ਼ਮਾਨਤ ਮਿਲ ਗਈ। ਜੇ ਕੱਲ ਨੂੰ ਕੇਜਰੀਵਾਲ ਦੇ ਵਕੀਲ ਪੇਸ਼ ਹੁੰਦੇ, ਜੇ ਇੱਥੇ ਵੀ ED ਦੇ ਵਕੀਲ ਵਿਰੋਧ ਨਾ ਕਰਦੇ ਤਾਂ ਇਹਨੂੰ ਵੀ ਜ਼ਮਾਨਤ ਮਿਲ ਜਾਣੀ ਸੀ। ਸੋ ਇਹਦਾ ਮਤਲਬ ਇੱਕ ਤੇ ਉਹਨੂੰ ਜਦੋਂ ਉਹਨੇ ਭਾਰਤੀ ਜਨਤਾ ਪਾਰਟੀ ਨੂੰ 5 ਦਿਨ ਪਹਿਲਾਂ ਅਪਰੂਵਰ ਬਣ ਗਿਆ, ਉਸ ਤੋਂ ਕੁਝ ਦਿਨ ਪਹਿਲਾਂ 5 ਕਰੋੜ ਰੁਪਇਆ ਡੋਨੇਸ਼ਨ ਦਿੱਤੀ, ਤੇ ਉਸ ਤੋਂ 5 ਦਿਨਾਂ ਬਾਅਦ ਉਹਦੀ ਜ਼ਮਾਨਤ ਹੋ ਜਾਂਦੀ ਹੈ। ਇੱਥੇ ਔਖਾ ਹੈ ਕਿ ਕੋਈ ਬੰਦਾ ਸ਼ੱਕ ਨਾ ਕਰੇ। ਅੱਛਾ, ਹੁਣ ਉਹ ਜਿਹੜੇ ਉਹਦੇ ਸੀਕ੍ਰੇਟ ਨੰਬਰ ਆ ਗਏ ਇਲੈਕਟ੍ਰੋਨਲ ਬੌਂਡ ਦੇ, ਉਹ ਚੋਂ ਬਿਲਕੁਲ ਸਾਬਤ ਹੋ ਗਿਆ ਵੀ ਹਾਂ ਇਸੇ ਵਿਅਕਤੀ ਨੇ ਪੈਸੇ ਦਿੱਤੇ ਨੇ। ਪਹਿਲਾਂ ਤਾਂ ਦੋਸ਼ ਲਾਉਣ ਔਖਾ ਸੀ, ਉਹਦੇ ਨਾਲ ਉਹ ਬਿਲਕੁਲ ਸਾਬਤ ਹੋ ਗਿਆ ਜਾਂ ਹੋ ਰਿਹਾ ਕਿ 5 ਕਰੋੜ ਰੁਪਏ ਉਹਨੇ ਪਹਿਲਾਂ ਦਿੱਤੇ ਨੇ ਤੇ 35 ਕਰੋੜ ਰੁਪਇਆ ਬਾਅਦ ਚ ਦਿੱਤਾ ਹੈ। ਮਤਲਬ ਜਿਹੜਾ 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 ਭਾਰਤੀ ਜਨਤਾ ਪਾਰਟੀ ਦੇ ਖਾਤੇ ਚ ਗਿਆ। ਸੋ ਇਸ ਨਾਲ ਇੱਥੇ ਕਿ ਦਿੱਕਤ ਆ ਗਈ, ਉਸ ਵਿਅਕਤੀ ਨੇ 2 ਦੇ ਵਿੱਚ ਚਾਰਜਸ਼ੀਟ ਪਹਿਲਾਂ ਪੇਸ਼ ਹੋ ਗਈ ਉਹ ਕੇਸਾਂ ਚ, ਜਿਹਦੇ ਵਿੱਚ ਇਸੇ ਸ਼ਰਾਬ ਵਾਲੇ ਕੇਸ ਚ। ਹੁਣ ਉਹਦੇ ਵਿੱਚ ਸਾਬਤ ਇਹ ਹੋ ਰਿਹਾ ਹੈ ਕਿ ਪਹਿਲਾਂ ਉਹ ਵਿਅਕਤੀ ਨੇ ਕੇਜਰੀਵਾਲ ਦਾ ਨਾਂ ਨਹੀਂ ਲਿਆ, ਹੁਣ ਆ ਕੇ ਜਦੋਂ ਅਰੈਸਟ ਹੋਇਆ, ਜਦੋਂ ਆਹ ਹੁਣ ਬੀਬੀ ਕਵਿਤਾ ਜਿਹੜੀ ਉਹ ਇੱਕ ਸਾਬਕਾ ਮੁੱਖ ਮੰਤਰੀ ਦੀ ਬੇਟੀ ਹੈ, ਉਹਨੂੰ ਅਰੈਸਟ ਕੀਤਾ, ਹੁਣ ਆ ਕੇ ਉਸ ਅਪਰੂਵਰ ਨੇ ਜਿਹੜਾ ਵਾਅਦਾ ਮਾਫ ਗਵਾਹ ਹੈ ਉਹ ਸਾਊਥ ਦਾ ਹੈ, ਉਹਨੇ ਹੁਣ ਆ ਕੇ ਨਾਂ ਲਿਆ ਕਿ ਜੀ ਇਹਦੇ ਵਿੱਚ ਕੇਜਰੀਵਾਲ ਵੀ ਸਾਜਿਸ਼ ਕਰਤਾ ਹੈ। ਜਿਸ ਵਿਅਕਤੀ ਦਾ ਪਹਿਲਾਂ ਕੇਸ 'ਚ ਨਾਂ ਨਹੀਂ, 2 ਚਾਰਜਸ਼ੀਟਸ ਤੋਂ ਬਾਅਦ ਹੁਣ ਇਹ ਕਿਹਾ ਜਾ ਰਿਹਾ ਕਿ ਉਹ ਸਭ ਤੋਂ ਮੁੱਖ ਸਾਜਿਸ਼ ਕਰਤਾ ਹੈ। ਇਹਦਾ ਮਤਲਬ ਪਹਿਲਾਂ ED ਨੂੰ ਪਤਾ ਹੀ ਨਹੀਂ ਲੱਗਿਆ ਕਿਵੇਂ ਛੁਪ ਗਿਆ। ਇਹ ਸਾਰੀਆਂ ਗੱਲਾਂ ਸ਼ੰਕੇ ਖੜੀ ਕਰਦੀਆਂ ਨੇ ਕਿ ਵੀ ਇਹ ਸਾਰਾ ਕੁਛ ਕਿਤੇ ਨਾ ਕਿਤੇ ਫਾਊਲ ਪਲੇ ਹੈ, ਇਹ ਸਾਰੀ ਕਹਾਣੀ ਠੀਕ ਨਹੀਂ ਜਾਪਦੀ। ਅੱਛਾ, ਹੁਣ
ਜਿਹੜਾ ਮੋਰਲੀ ਨੈਤਿਕ ਤੌਰ ਤੇ ਸੁਖਵਿੰਦਰ ਬੜੀ ਕਮਾਲ ਦੀ ਗੱਲ ਹੈ, ਇਹਦੇ ਵਿੱਚ ਵੱਡੀ ਰਿਸ਼ਵਤ ਲੈ ਗਈ ਤੇ ਜਿਹੜਾ ਉਹ ਸਾਊਥ ਵਾਲਾ ਸੱਜਣ ਹੈ ਵਾਧਾ ਮਾਪੂਆ ਉਹਦੇ ਤੇ ਦੋਸ਼ ਲੱਗ ਰਿਹਾ ਕਿ 100 ਕਰੋੜ ਰੁਪਈਆ ਉਹ ਲੈ ਗਿਆ। ਕੇਜਰੀਵਾਲ ਉਹਨਾਂ ਦੀ ਪਾਰਟੀ ਵੀ ਲੈ ਗਈ, ਕੇਜਰੀਵਾਲ ਵੀ ਦੋਸ਼ੀ ਹੈ, ਪਰ 100 ਕਰੋੜ ਰੁਪਇਆ ਉਹ ਵਿਚੋਲਗੀ ਦਾ ਸੌਦਾ ਕਰਾਉਣ ਦਾ ਲੈ ਗਿਆ। ਤੇ ਜੇ ਉਸ 100 ਕਰੋੜ ਚੋਂ 35 ਕਰੋੜ ਰੁਪਇਆ ਭਾਰਤੀ ਜਨਤਾ ਪਾਰਟੀ ਨੂੰ ਚਲਿਆ ਗਿਆ, ਮਤਲਬ ਫਿਰ ਤੁਸੀਂ ਕਿਵੇਂ ਕਹਿੰਦੇ ਹੋ ਵੀ ਰਿਸ਼ਵਤ ਦੇ ਰੁਪਈਏ ਕਿੱਥੇ ਕਿੱਥੇ ਚਲੇ ਗਏ? ਦੂਜਾ, ਜਿਹੜੇ ਕੇਜਰੀਵਾਲ ਉਹਨਾਂ ਨੂੰ ਦਿੱਤੇ ਨੇ ਉਹ ਪੈਸੇ ਅਜੇ ਬਰਾਮਦ ਨਹੀਂ ਹੋਏ, ਇਹ 35 ਕਰੋੜ ਬਰਾਮਦ ਹੋ ਰਿਹਾ, ਇਹ ਸਾਬਤ ਹੈ, ਬਿਲਕੁਲ ਡਾਕੂਮੈਂਟਰੀ ਪ੍ਰੂਫ ਪਿਆ ਕਿ ਆਹ 35 ਕਰੋੜ ਦਾ ਗਿਆ ਜੀ। ਸੋ ਇਸ ਕਰਕੇ ਨਾ ਇਹ ਇਹ ਹੁਣ ਆਮ ਲੋਕਾਂ ਨੂੰ ਕੀ ਹੈ ਕਿ ਜੇ ਉਹ ਬੇਦੋਸ਼ਾ ਹੋਏਗਾ ਉਹਦੀ ਜ਼ਮਾਨਤ ਹੋ ਜਾਏਗੀ। ਜ਼ਮਾਨਤ ਦੀ ਪ੍ਰੋਬਲਮ ਹੈ ਕਾਨੂੰਨ ਦੀ, ਉਹ ਕਾਨੂੰਨ ਦੇ ਵਿੱਚ ਜੇ ਮੈਂ ਤੁਹਾਨੂੰ ਸਾਫ਼ ਸ਼ਬਦਾਂ 'ਚ ਦੱਸਾਂ, ਸੌਖੇ ਸ਼ਬਦਾਂ 'ਚ, ਸਾਡਾ ਜਿਹੜਾ ਇੰਡੀਆ ਦਾ ਪ੍ਰੋਸੀਜਰ ਹੈ, ਕ੍ਰਿਮੀਨਲ ਪ੍ਰੋਸੀਜਰ, ਉਹਦੇ ਵਿੱਚ ਇਹ ਹੈ ਕਿ ਜਿਸ ਵਿਅਕਤੀ 'ਤੇ ਦੋਸ਼ ਲੱਗਦਾ ਕਿਸੇ ਵੀ ਕ੍ਰਾਈਮ ਦਾ, ਕੋਰਟ ਉਹਨੂੰ ਇਹ ਸਮਝਦੀ ਹੈ ਕਿ ਇਹ ਵਿਅਕਤੀ ਇਨੋਸੈਂਟ ਹੈ ਤੇ ਜਿਹਨੇ ਦੋਸ਼ ਲਾਇਆ ਉਹ ਸਾਬਤ ਕਰੂਗਾ ਪ੍ਰੋਸੈਸ 'ਚ, ਪ੍ਰੋਸੀਜਰ 'ਚ, ਕਿ ਇਹਨੇ ਗਲਤ ਕੀਤਾ। ਜੇ ਉਹ ਦੋਸ਼ ਸਾਬਤ ਹੋ ਗਿਆ ਤਾਂ ਇਹਨੂੰ ਸਜ਼ਾ ਦਿੱਤੀ ਜਾਊਗੀ। ਪਰੰਤੂ ਜਿਹੜਾ ਇਹ ਐਕਟ ਹੈ, ਇਹ ਐਕਟ ਇਹ ਕਹਿੰਦਾ ਹੈ ਕਿ ਜਿਸ ਬੰਦੇ 'ਤੇ ਦੋਸ਼ ਲੱਗ ਗਿਆ ਕੋਰਟ ਉਹਨੂੰ ਉਸੇ ਦਿਨ ਤੋਂ ਦੋਸ਼ੀ ਮੰਨਦੀ ਹੈ, ਉਹ ਸਾਬਤ ਕਰੇਗਾ ਕਿ ਉਹ ਦੋਸ਼ੀ ਨਹੀਂ ਹੈ। ਇਸ ਕਰਕੇ ਬੇਲ ਨਹੀਂ ਮਿਲਦੀ, ਇਹ ਕਾਨੂੰਨ ਦਾ ਨੁਕਤਾ ਹੈ, ਇਹ ਆਮ ਵਿਅਕਤੀ ਦੀ ਸਮਝ 'ਚ ਨਹੀਂ ਆਉਂਦਾ। ਮਤਲਬ ਜਿਹੜੇ ਜਾਣ ਬੁੱਝ ਕੇ ਭਾਰਤੀ ਜਨਤਾ ਪਾਰਟੀ ਦਾ ਕੋਈ ਵਕਤਾ ਤੁਹਾਡੇ ਕੋਲ ਆਊਗਾ, ਉਹਨੇ ਕਹਿਣਾ ਵੀ ਜੇ ਉਹ ਬੇਦੋਸ਼ੀ ਹੋਈ ਜ਼ਮਾਨਤ ਮਿਲ ਜੂ, ਜ਼ਮਾਨਤ ਕਿਉਂ ਨਹੀਂ ਮਿਲਦੀ ਉਹਨਾਂ ਨੂੰ? ਜ਼ਮਾਨਤ ਇਸ ਕਰਕੇ ਕਾਨੂੰਨ 'ਚ ਪ੍ਰੋਵੀਜ਼ਨ ਹੀ ਨਹੀਂ ਜ਼ਮਾਨਤ ਦੀ ਜਦੋਂ। ਹੁਣ ਏਦਾਂ ਕੋਰਟ ਕਿਵੇਂ ਮੰਨ ਲੈ ਗਏ ਬੰਦੇ ਨੇ ਗੁਨਾਹ ਕੀਤਾ ਹੀ ਨਹੀਂ? ਉਹ ਤਾਂ ਉਹਨੂੰ ਸਬੂਤ ਦੇਣੇ ਪੈਣਗੇ। ਅੱਛਾ, ਸਬੂਤ ਕਦੋਂ ਦੇਗਾ? ਜਦੋਂ ਟਰਾਇਲ ਹੋਣਗੇ। ਟਰਾਇਲ ਕਦੋਂ ਹੋਣਗੇ? ਉਦੋਂ ਨੂੰ ਜ਼ਮਾਨਤ ਦਾ ਸਮਾਂ ਲੰਘ ਜਾਏਗਾ। ਟਰਾਇਲ ਤਾਂ ਹੁਣੇ ਨਹੀਂ ਨਾ ਹੋਣਗੇ, ਉਹਦਾ ਇੱਕ ਪ੍ਰੋਸੀਜਰ ਹੈ, ਜਦੋਂ ਗਵਾਹੀਆਂ ਹੋਣਗੀਆਂ ਉਦੋਂ ਉੱਥੇ ਜਾ ਕੇ ਸਾਬਤ ਹੋਊਗਾ। ਸੋ ਇਸ ਕਰਕੇ ਇਸ ਨੂੰ ਬਹੁਤ ਜ਼ਿਆਦਾ ਕਨਫਿਊਜ਼ ਕੀਤਾ। ਇੱਥੇ ਮੈਂ ਸਮਝਦਾ ਨੈਤਿਕ ਤੌਰ 'ਤੇ ਵੀ, ਰਾਜਨੀਤਿਕ ਤੌਰ 'ਤੇ ਭਾਰਤੀ ਜਨਤਾ ਪਾਰਟੀ ਦੀ ਹਾਰ ਹੋਈ ਹੈ, ਪਰੰਤੂ ਉਹਨਾਂ ਦੀ ਮੈਨੇਜਮੈਂਟ ਬੜੀ ਕਮਾਲ ਦੀ ਹੈ। ਸਾਰਾ ਮੀਡੀਆ ਉਹਨਾਂ ਨੇ ਕਾਬੂ ਕਰ ਲਿਆ ਸੀ, ਉਹਨਾਂ ਨੇ ਇੱਕ ਪਰਸੈਪਸ਼ਨ ਬਣਾ ਦਿੱਤੀ ਸੀ ਕਿ ਜੀ ਦੇਖੋ ਜੇ ਦੋਸ਼ੀ ਨੇ ਤਾਂ ਹੀ ਅੰਦਰ ਨੇ ਨਾ, ਇਸ ਲਈ ਮਤਲਬ ਨਹੀਂ ਤਾਂ ਜ਼ਮਾਨਤ ਮਿਲ ਜਾਂਦੀ ਉਹਨਾਂ ਨੂੰ। ਇੱਥੋਂ ਤੱਕ ਮੀਡੀਆ 'ਤੇ ਕਾਬੂ ਹੋ ਗਿਆ। ਹੁਣ ਤੁਸੀਂ ਅੱਜ ਦੀਆਂ ਖ਼ਬਰਾਂ 'ਚ ਦੇਖਿਆ ਹੋਏਗਾ ਕਿ ਕਾਂਗਰਸ ਪਾਰਟੀ ਨੇ ਇੱਕ ਵਿਗਿਆਪਨ ਦੇਣਾ ਚਾਹਿਆ ਸਾਰੇ ਅਖ਼ਬਾਰਾਂ ਨੂੰ, ਸ਼ਾਇਦ ਤੁਹਾਨੂੰ ਇਹ ਖ਼ਬਰ ਆ ਗਈ ਹੋਵੇ ਕਿ ਕਾਂਗਰਸ ਪਾਰਟੀ ਨੇ ਇੱਕ ਵਿਗਿਆਪਨ ਦਿੱਤਾ ਜਿਹਦੇ ਵਿੱਚ ਉਹ ਇਲੈਕਟ੍ਰੋਨ ਬੌਂਡ ਦਾ ਡਾਟਾ ਦੇ ਕੇ ਅਖ਼ਬਾਰਾਂ ਨੂੰ ਪੈਸੇ ਦੇ ਕੇ ਕਿਹਾ ਵੀ ਸਾਡਾ ਵਿਗਿਆਪਨ ਛਾਪ ਦਿਓ। ਇੰਡੀਆ ਦੇ ਕਿਸੇ ਵੀ ਲੀਡਿੰਗ ਅਖ਼ਬਾਰ ਨੇ ਵਿਗਿਆਪਨ ਛਾਪਣ ਤੋਂ ਨਾ ਕਰਤੀ। ਉਹਨਾਂ ਦੀ ਅੱਜ ਪ੍ਰੈਸ ਕਾਨਫਰੰਸ ਦੀ ਸਟੇਟਮੈਂਟ ਹੈ ਕਾਂਗਰਸ ਦੀ ਕਿ ਮਤਲਬ ਵਿਗਿਆਪਨ ਵੀ ਨੀ ਛਾਪ ਰਹੇ ਕਿ ਐਡ ਵੀ ਨੀ ਦੇਣੀ, ਅਸੀਂ ਤਾਂ ਤੁਹਾਡੀ ਇਸ ਕੰਮ ਦੀ ਐਡ ਨੀ ਦੇਣੀ ਕਿ ਇਲੈਕਟ੍ਰੋਨ ਵਰਲਡ ਦੇ ਵਿੱਚ ਕੋਈ ਹੇਰਾਫੇਰੀ ਹੋਈ ਹੈ। ਜਦੋਂ ਕਿ ਉਹਦੇ ਵਿੱਚ ਕਾਂਗਰਸ, ਮਤਲਬ ਤੁਸੀਂ ਦੇਖੋ ਨਾ, ਤੁਸੀਂ ਤਾਂ ਪੱਤਰਕਾਰ ਹੋ, ਜਦੋਂ ਇੱਕ ਬੰਦਾ ਨਾਂ ਦੇ ਰਿਹਾ ਕਿ ਮੇਰੇ ਵੱਲੋਂ ਐਡ ਲਾ ਦਿਓ, ਉਹ 'ਚ ਜੇ ਕੋਈ ਗਲਤੀ ਹੋਊਗੀ ਉਹ ਫਸੂਗਾ ਅਖਬਾਰ ਥੋੜਾ ਫਸੇਗਾ 'ਚ, ਠੀਕ ਹੈ ਕਿ ਨਹੀਂ? ਜੇ ਤਾਂ ਬਿਨਾਂ ਨਾਂ ਤੋਂ ਛਾਪਦੇ ਫਿਰ ਠੀਕ ਹੈ, ਜੇ ਕੋਈ ਉਹ 'ਚ ਗਲਤ ਫੈਕਟ ਮੈਂ ਦੇ ਰਿਹਾ ਤੇ ਮੈਂ ਸਰਟੀਫਾਈਡ ਬੰਦਾ, ਸਰਟੀਫਾਈਡ ਪਾਰਟੀ ਹੈ, ਉਹ ਉਹਦੇ ਅਕਾਊਂਟ 'ਚੋਂ ਪੈਸੇ ਆਉਣੇ ਨੇ। ਮਤਲਬ ਅਖਬਾਰਾਂ ਨੇ ਵਿਗਿਆਪਨ ਛਾਪਣ ਤੋਂ ਨਾ ਕਰਤੀ। ਇਸ ਦਾ ਅਰਥ ਕੀ ਹੈ ਕਿ ਲੋਕਤੰਤਰਿਕ ਕਦਰਾਂ ਕੀਮਤਾਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਹਾਰ ਗਈ। ਹਾਂ, ਵੋਟਾਂ ਨਾਲ ਜਿੱਤ ਜੇ ਉਹ ਅਲੱਗ ਗੱਲ ਹੈ। ਸੋ ਇੱਥੇ ਉਹਨਾਂ ਨੂੰ ਇਹ ਲੱਗਿਆ ਕਿ ਅਸੀਂ ਸਾਰੀਆਂ ਪਾਰਟੀਆਂ ਦੀ ਬਾਂਹ ਮਰੋੜ ਲਾਂਗੇ। ਔਰ ਇਸ ਸਾਰੇ ਕੇਸ ਦੇ ਵਿੱਚੋਂ ਆਮ ਪਬਲਿਕ ਦੇ ਵਿੱਚ
ਜਿਹੜੀ ਪਹਿਲਾਂ ਤਾਂ ਕਾਂਗਰਸ ਦੋਸ਼ ਲਾਉਂਦੀ ਸੀ, ਸਾਨੂੰ ਇਹ ਲੱਗਦਾ ਸੀ ਕਿ ਰਾਜਨੀਤਿਕ ਪਾਰਟੀਆਂ ਦੋਸ਼ ਲਾਇਆ ਕਰਦੀਆਂ ਨੇ, ਇਹ ਬਹੁਤ ਝੂਠ ਤਫਾਨ ਬੋਲ ਦਿੰਦੀਆਂ ਨੇ, ਪਰੰਤੂ ਹੁਣ ਇਹ ਸੱਚ ਲੱਗਣ ਲੱਗ ਗਿਆ ਕਿ ਸ਼ਾਇਦ ਨਿਤੀਸ਼ ਕੁਮਾਰ ਜੀਆਂ ਨੂੰ ਪਲਾਂਟ ਕਰਕੇ ਭੇਜਿਆ ਗਿਆ ਸੀ ਕਿ ਤੁਸੀਂ ਇੰਡੀਆ ਅਲਾਇੰਸ ਬਣਾਓ, ਜਦੋਂ ਐਨ ਮੌਕਾ ਆਏਗਾ, ਜਦੋਂ ਮੈਦਾਨੇ ਜੰਗ ਚ ਲੜਾਈ ਹੋਊਗੀ, ਉਦੋਂ ਜਰਨੈਲ ਛੱਡ ਕੇ ਭੱਜ ਜੂਗਾ, ਅਸੀਂ ਕਹਿੰਦਾਂਗੇ ਵੀ ਫੌਜ ਹਾਰ ਗਈ, ਫੌਜ ਹਾਰ ਗਈ। ਸੋ ਇਹ ਇਸ ਗੱਲ ਤੋਂ ਸਾਰਾ ਕੁਛ ਲੱਗਦਾ ਹੀ ਹੈ। ਹੁਣ ਜਦੋਂ ਨਵੇਂ ਸੰਦਰਭ ਚ ਇਹਦੇ ਹੱਥ ਕੱਢਦੇ ਆ, ਇਸ ਸੰਦਰਭ ਚ ਇਹੀ ਅਰਥ ਨਿਕਲਦਾ ਹੈ ਕਿ ਜਿਹੜਾ ਬੀਬੀ ਮਮਤਾ ਨਾਲ ਇੰਡੀਆ ਅਲਾਇੰਸ ਦਾ ਸਮਝੌਤਾ ਨਹੀਂ ਹੋਇਆ, ਉੱਥੇ ਵੀ ਕੋਈ ਇਸ ਕਿਸਮ ਦਾ ਦਬਾਅ ਹੈ, ਤੇ ਇਸ ਕਿਸਮ ਦਾ ਦਬਾਅ ਆਮ ਆਦਮੀ ਪਾਰਟੀ ਦੇ ਉੱਤੇ ਪਾ ਕੇ ਭਾਰਤੀ ਜਨਤਾ ਪਾਰਟੀ ਇਹ ਚਾਹੁੰਦੀ ਸੀ ਕਿ ਤੁਸੀਂ ਇਹਦਾ ਪਾਰਟ ਇੰਡੀਆ ਅਲਾਇੰਸ ਦਾ ਨਾ ਬਣੋ। ਹੁਣ ਕੀ ਹੋਇਆ ਕਿ ਇੰਡੀਆ ਅਲਾਇੰਸ ਨੂੰ ਲੱਗਿਆ ਜਾਂ ਕਾਂਗਰਸ ਨੂੰ ਲੱਗਿਆ, ਕਹਿ ਲਓ ਲੀਡਿੰਗ ਪਾਰਟੀ ਨੂੰ ਜਾਂ ਲਾਲੂ ਜੀ ਨੂੰ ਲੱਗਿਆ, ਕਿਉਂ ਨਾ ਫਾਇਦਾ ਲੈਣ ਉਹ ਇਸ ਗੱਲ ਦਾ, ਹਮਦਰਦੀ ਕੇਜਰੀਵਾਲ ਦੀ ਹੈ, ਉਹਨਾਂ ਨੂੰ ਮੌਕਾ ਮਿਲ ਗਿਆ ਇਸ ਐਜੀਟੇਸ਼ਨ ਦੇ ਵਿੱਚ ਕੁੱਦ ਕੇ। ਉਹਨਾਂ ਨੇ ਕਿਹਾ ਵੀ ਦੇਖੋ ਅਗਲੀ ਵਾਰੀ ਬਾਕੀ ਸਭ ਦੀ ਹੈ, ਅਗਲੀ ਵਾਰੀ ਤੇਜਸਵੀ ਦੀ ਹੋ ਸਕਦੀ ਹੈ, ਇਸ ਤੋਂ ਅਗਲੀ ਵਾਰੀ ਸਾਊਥ ਵਾਲੇ ਜਿਹੜੇ ਨੇ ਉਹਨਾਂ ਦੀ ਹੋ ਸਕਦੀ ਹੈ, ਕਾਂਗਰਸ ਦੇ ਮੁੱਖ ਮੰਤਰੀਆਂ ਦੀ ਹੋ ਸਕਦੀ ਹੈ। ਜਿਸ ਕਿਸਮ ਨਾਲ ਜੋ ਕੁਛ ਹਿਮਾਚਲ ਦੇ ਵਿੱਚ ਕੀਤਾ, ਕਈ ਵਾਰੀ ਇਹ ਗੱਲ ਮੇਰੀ ਲੰਬੀ ਹੋ ਰਹੀ ਹੈ, ਤੁਸੀਂ ਦੇਖੋ ਨਾ ਮਹਾਰਾਸ਼ਟਰ ਦੇ ਵਿੱਚ ਪਾਰਟੀਆਂ ਟੁੱਟੀਆਂ, ਸਪੀਕਰ 2.5 ਸਾਲ ਫੈਸਲੇ ਨੂੰ ਦੱਬ ਕੇ ਬੈਠ ਗਿਆ, ਜਦੋਂ ਕੋਰਟ ਜਾਂਦੇ ਸੀ ਕਿਉਂਕਿ ਨਿਯਮ ਇਹ ਹੈ, ਕੋਰਟ ਕਹਿੰਦੀ ਨਹੀਂ ਸਪੀਕਰ ਦਾ ਫੈਸਲਾ ਆਖਰੀ ਹੋਏਗਾ। ਇਹ ਚਾਲ ਚੱਲੀ ਬੀਜੇਪੀ ਨੇ, ਲੇਕਿਨ ਉਸੇ ਚਾਲ ਤੇ ਆ ਕੇ ਕਾਂਗਰਸ ਨੇ ਆਪਣੀ ਸਰਕਾਰ ਬਚਾਲੀ ਹਿਮਾਚਲ ਚ। ਹਿਮਾਚਲ ਚ ਸਪੀਕਰ ਨੇ ਇੱਕ ਦਿਨ ਚ ਫੈਸਲਾ ਸੁਣਾਤਾ ਕਿ 6 ਦੇ 6 MLA ਬਰਖਾਸਤ, ਸਦਾ ਸਦਾ ਲਈ ਕੱਢਤੇ ਜੀ। ਜਦੋਂ ਉਹ ਕੋਰਟ ਗਏ, ਕੋਰਟ ਨੇ ਉੱਥੇ ਵੀ ਕਹਿਤਾ ਕਿ ਨਹੀਂ ਜੀ ਸਪੀਕਰ ਦਾ ਫੈਸਲਾ ਫਾਈਨਲ। ਉਸ ਤੋਂ ਅਗਲੀ ਚਾਲ ਚੱਲੀ ਜਿਹੜੀ ਕੱਲ ਬੜੀ ਕਮਾਲ ਦੀ, ਕਿ 3 ਆਜ਼ਾਦ ਉਮੀਦਵਾਰਾਂ ਤੋਂ ਅਸਤੀਫਾ ਦਵਾਤਾ। ਅਸਤੀਫਾ ਇਸ ਕਰਕੇ ਦਵਾਇਆ ਵੀ ਜਿੱਥੇ 6 ਦੀ ਇਲੈਕਸ਼ਨ ਹੋਊਗੀ, ਕਿਉਂਕਿ ਉਹ ਜਿਹੜੇ 3 MLA ਨੇ ਉਹ ਬੀਜੇਪੀ ਦੇ ਬਾਗੀ ਨੇ, ਬੀਜੇਪੀ ਉਹਨਾਂ ਬਾਰੇ 100% ਸ਼ੋਰ ਹੈ ਵੀ ਇਹ ਜੇ 3 ਜਿੱਤ ਗਏ, ਕਿਤੇ ਇਹ ਦੁਬਾਰਾ ਕਿਸੇ ਲਾਲਚ ਚ, ਜਿਹੜੇ ਲਾਲਚ ਚ ਇਹਨਾਂ ਨੇ ਲਿਆਂਦੇ ਸੀ, ਉਸ ਲਾਲਚ ਚ ਕਿਤੇ ਉਹ ਬੈਕ ਕਾਂਗਰਸ ਨਾਲ ਨਾ ਚਲੇ ਜਾਣ। ਇਸ ਕਰਕੇ ਇਹਨਾਂ ਨੂੰ ਬੀਜੇਪੀ ਦੀ ਟਿਕਟ ਤੇ ਜਿਤਾ ਲਓ, ਫਿਰ ਬੈਕ ਨਹੀਂ ਜਾ ਸਕਣਗੇ। ਪਰੰਤੂ ਸਪੀਕਰ ਨੇ ਕਿਹਾ ਜੀ ਮੈਂ ਅਸਤੀਫਾ ਮਨਜ਼ੂਰ ਹੀ ਨਹੀਂ ਕਰਦਾ। ਹੁਣ ਜੇ ਸਪੀਕਰ ਅਸਤੀਫਾ ਮਨਜ਼ੂਰ ਨਹੀਂ ਕਰਦਾ, ਸੀਟ ਖਾਲੀ ਨਹੀਂ ਡਿਕਲੇਅਰ ਹੋਊਗੀ, ਇਹਦੇ ਲਈ ਚੋਣ ਨਹੀਂ ਹੋਊਗੀ, ਉਦੋਂ ਉਹਨੂੰ ਨੋਟੀਫਿਕੇਸ਼ਨ ਦਾ ਸਮਾਂ ਲੰਘ ਗਿਆ, ਉਦੋਂ ਬਾਅਦ ਚੋਣ 6 ਮਹੀਨਿਆਂ ਨੂੰ ਪਤਾ ਨਹੀਂ ਕਦੋਂ ਹੋਏਗੀ, ਜਦੋਂ ਹੋਏਗੀ ਫਿਰ ਦੇਖੀ ਜਾਏਗੀ। ਸੋ ਜਿਸ ਕਿਸਮ ਨਾਲ ਇਹਨਾਂ ਪਾਰਟੀਆਂ ਦੇ ਵਿੱਚੋਂ, ਜੇ ਮੈਂ ਕਹਾਂ ਨੈਤਿਕਤਾ ਦੇ ਤੌਰ ਤੇ, ਸੰਵਿਧਾਨਕ ਤੌਰ ਤੇ, ਸਾਰੀਆਂ ਇੱਕੋ ਜਿਹੀਆਂ ਨੇ, ਜਿਹੜੀਆਂ ਚਾਲਾਂ ਦੀ, ਜਿਹੜੀਆਂ ਦਲੀਲਾਂ ਦੀ ਕਾਂਗਰਸ ਆਲੋਚਨਾ ਕਰਦੀ ਹੈ ਕਿ ਭਾਰਤੀ ਜਨਤਾ ਪਾਰਟੀ ਆਹਾ ਆਹ ਕੁਛ ਗਲਤ ਕਰਦੀ ਹੈ, ਪਰ ਜਦੋਂ ਉਹਨੂੰ ਮੌਕਾ ਮਿਲਦਾ ਕਰਦੀ, ਉਹ ਵੀ ਉਹੀ ਕੁਛ ਹੈ, ਇਹਦੇ ਵਿੱਚ ਕੋਈ ਬਾਹਲਾ ਫਰਕ ਨਹੀਂ। ਪਰੰਤੂ ਸਿਚੁਏਸ਼ਨ ਕੀ ਹੁੰਦੀ ਹੈ ਕਿ ਜਿਸ ਕਿਸਮ ਨਾਲ ਕੇਜਰੀਵਾਲ ਨੂੰ ਗ੍ਰਿਫਤਾਰ ਕੀਤਾ ਹੈ, ਉਹਦੇ ਨਾਲ ਉਹਨੂੰ ਹਮਦਰਦੀ ਬਹੁਤ ਵੱਡੀ ਮਿਲੀ ਹੈ। ਇਹਦੇ ਵਿੱਚ ਮੈਂ ਜੋ ਪੜ੍ਹ ਰਿਹਾ ਸੀ ਉਹਦੇ ਵਿੱਚ ਇਹ ਆਇਆ ਹੈ ਕਿ ED ਨੇ ਇੱਕ ਸਮੇਂ, ਜਦੋਂ ਕੇਜਰੀਵਾਲ ਨੇ ਕੋਰਟ ਨੂੰ ਬੇਨਤੀ ਕੀਤੀ ਕਿ ਮੈਨੂੰ ਵਾਰ ਵਾਰ ਸੰਮਣ ਭੇਜੇ ਜਾ ਰਹੇ ਨੇ, ਉਹਨੇ ਇੱਕ ਸੰਮਣ ਦਾ ਜਵਾਬ 'ਚ ਪੁੱਛਿਆ ਕਿ ਮੈਨੂੰ ਬਤੌਰ ਮੁੱਖ ਮੰਤਰੀ ਬੁਲਾਇਆ ਜਾ ਰਿਹਾ ਹੈ, ਮੈਨੂੰ ਬਤੌਰ ਗਵਾਹ ਬੁਲਾਇਆ ਜਾ ਰਿਹਾ ਹੈ, ਮੈਨੂੰ ਅਰੈਸਟ ਕਰਨ ਲਈ ਬੁਲਾਇਆ ਜਾ ਰਿਹਾ ਹੈ। ਉੱਥੇ ਉਹਨਾਂ ਨੇ ਕਿਹਾ ਵੀ ਨਹੀਂ, ਅਰੈਸਟ ਕਰਨ ਲਈ ਨਹੀਂ ਬੁਲਾਇਆ ਜਾ ਰਿਹਾ, ਤੁਹਾਨੂੰ ਇਨਵੈਸਟੀਗੇਸ਼ਨ ਲਈ ਬੁਲਾਇਆ ਜਾ ਰਿਹਾ ਹੈ,
ਉਦੋਂ ਬਾਅਦ ਕੋਈ ਸਿਚੁਏਸ਼ਨ ਅਰਾਈਜ਼ ਹੁੰਦੀ ਹੈ ਤਾਂ ਅਰੈਸਟ ਵੀ ਕੀਤਾ ਜਾ ਸਕਦਾ ਹੈ। ਜਾਣੀ ਕਿ ਮਾਈਲਡ ਹੋ ਗਏ ਨਾ ਉੱਥੇ, ਉਹਨਾਂ ਨੇ ਕਲੀਅਰ ਕੱਟ ਕਹਿ ਤਾ ਕਿ ਅਰੈਸਟ ਕਰਨ ਲਈ ਬੁਲਾਇਆ ਨਹੀਂ ਬੁਲਾਇਆ ਜਾ ਰਿਹਾ, ਤੇ ਲੇਕਿਨ ਅਰੈਸਟ ਕਰ ਲਿਆ। ਹੁਣ ਉਹ ਸਾਰੀਆਂ ਗੱਲਾਂ ਜਦੋਂ ਜੋੜਦੇ ਹਾਂ ਨਾ, ਉੱਥੇ ਜਿਹੜਾ ਈਡੀ ਦਾ ਬਿਹੇਵੀਅਰ ਹੈ ਉਹ ਬਹੁਤ ਹਲਕਾ ਪੈਂਦਾ, ਚਿੱਠਾ ਪੈਂਦਾ। ਦੋ ਗੱਲਾਂ ਇਹਦੇ ਵਿੱਚ ਬੜੀਆਂ ਕਮਾਲ ਦੀਆਂ ਨੇ। ਇਲੈਕਟੋਰਲ ਬੌਂਡ ਦੇ ਵਿੱਚ ਜਿਸ ਕਿਸਮ ਨਾਲ ਸਟੇਟ ਬੈਂਕ ਆਫ ਇੰਡੀਆ ਨੇ ਨਾ ਕੀਤੀ ਡਾਟਾ ਦੇਣ ਤੋਂ, ਮੈਂ ਸਰੋਤਿਆਂ ਨੂੰ ਇਹ ਗੱਲ ਦੱਸੂਗਾ ਕਿ ਜੋ ਮੈਂ ਪੜ੍ਹਿਆ ਕਿ ਸਟੇਟ ਬੈਂਕ ਦੇ ਇਤਿਹਾਸ ਵਿੱਚ ਇਹ ਪਹਿਲਾ ਚੇਅਰਮੈਨ ਐਮ ਡੀ ਨੇ ਜਿਹਨਾਂ ਨੂੰ ਐਕਸਟੈਂਸ਼ਨ ਦਿੱਤੀ, ਅੱਜ ਤੱਕ ਉਹਨਾਂ ਨੇ ਕਿਸੇ ਨੂੰ ਐਕਸਟੈਂਸ਼ਨ ਨਹੀਂ ਦਿੱਤੀ। ਤੇ ਜੇ ਇਹਨਾਂ ਨੂੰ ਐਕਸਟੈਂਸ਼ਨ ਦਿੱਤੀ ਹੈ, ਇਹਨਾਂ ਦਾ ਬਿਹੇਵੀਅਰ ਇਹ ਹੈ। ਇਸੇ ਤਰ੍ਹਾਂ ਜਿਹੜਾ ਈਡੀ ਦਾ ਜਿਹੜਾ ਉਹ ਸੰਜੇ ਮਿਸ਼ਰਾ ਜੀ ਸੀਗੇ ਡਾਇਰੈਕਟਰ ਪਹਿਲਾਂ, ਉਹ ਤਾਂ ਕੋਰਟ ਨੇ ਬੰਦ ਕਰਤੀ ਨਾ ਉਹਦੀ ਐਕਸਟੈਂਸ਼ਨ, ਨਹੀਂ ਤਾਂ ਚੱਲੀ ਜਾਣੀ ਸੀ ਉਹਦੀ ਐਕਸਟੈਂਸ਼ਨ। ਇਹ ਸਾਰਾ ਕੁਛ ਉਹ ਜਿਹੜਾ ਡਿਜ਼ਾਈਨ ਕੀਤਾ ਕੰਮ, ਚੰਦ ਬੰਦਿਆਂ ਨੂੰ ਕੰਮ ਦੇ ਕੇ ਕੰਮ ਕਰਾਉਣਾ ਤੇ ਆਪਦੀ ਤੂਤੀ ਬਲਵਾਉਣੀ, ਇੱਥੋਂ ਤੱਕ ਆ ਗਿਆ ਕਿ ਹੁਣ ਸਾਡੇ ਹਾਲੇ ਮੈਂ ਇਹ ਸ਼ਬਦ ਭਾਵੇਂ ਨਹੀਂ ਕਹਿੰਦਾ, ਕੱਲ ਇੱਕ ਵਕੀਲ ਸੀਗੇ ਬੜੇ ਸੀਨੀਅਰ ਹਾਈ ਸੁਪਰੀਮ ਕੋਰਟ ਦੇ ਅਰਨ ਅਸ਼ੋਕ ਅਰੋੜਾ ਜੀ, ਜੇ ਮੈਂ ਠੀਕ ਹੋਵਾਂ ਉਹਨਾਂ ਦਾ ਨਾਮ, ਉਹਨਾਂ ਨੇ ਬੜਾ ਵੋਕਲ ਹੋ ਕੇ ਕਿਹਾ ਕਿ ਮੈਂ ਤਾਂ ਇਹ ਕਹੂੰਗਾ ਕਿ ਸਾਡੀ ਸੁਪਰੀਮ ਕੋਰਟ ਵੀ ਦਬਾਅ ਚ ਹੈ, ਸਾਡੇ ਚੀਫ ਜਸਟਿਸ ਵੀ, ਚੀਫ ਜਸਟਿਸ ਆਫ ਇੰਡੀਆ ਵੀ ਦਬਾਅ ਚ ਹੈ, ਜਿਹਨੂੰ ਅਸੀਂ ਇਹ ਸਮਝਦੇ ਹਾਂ ਕਿ ਉਹ ਬਹੁਤ ਬੋਲਡ ਹੈ ਤੇ ਉਹ ਬਹੁਤ ਠੀਕ ਫੈਸਲੇ ਲੈ ਰਿਹਾ, ਪਰੰਤੂ ਉਹਨਾਂ ਨੇ ਦੋਸ਼ ਲਾਇਆ ਕਿ ਨਹੀਂ ਉਹ ਵੀ ਦਬਾਅ ਚ ਨੇ, ਉਹ ਇੱਕ ਅੱਧਾ ਫੈਸਲਾ ਲੈਂਦੇ ਨੇ। ਉਹਨੇ ਬੜਾ ਕਲੀਅਰ ਕਿਹਾ ਕਿ ਜਿਹੜੀ ਵਿਅਕਤੀ ਦੀ ਆਜ਼ਾਦੀ ਹੈ, ਜੇ ਤੁਸੀਂ ਉਹਦੇ ਉਲਟ ਕੋਈ ਕਾਨੂੰਨ ਬਣਾ ਕੇ ਉਹਨੂੰ ਮਤਲਬ ਜ਼ਮਾਨਤ ਹੋਣ ਹੀ ਨਹੀਂ ਦਿੰਦੇ, ਤਾਂ ਇਹਦੀ ਰਾਖੀ ਕਿਹਨੇ ਕਰਨੀ ਹੈ? ਸੁਪਰੀਮ ਕੋਰਟ ਨੇ ਕਰਨੀ ਹੈ। ਸੁਪਰ ਮੋਟੋ ਨੋਟਿਸ ਲਵੇ, ਉਹ ਆਪਣੇ ਆਪ ਦੇਖੇ ਵੀ ਮਤਲਬ ਜਿਹੜਾ ਇਹ ਤਾਂ ਕੰਸਟੀਟਿਊਸ਼ਨ ਦੀ ਵਾਇਲੇਸ਼ਨ ਹੈ। ਇਹ ਕਹਿੰਦਾ ਕਹਿ ਦਿੰਦੇ ਆ ਵੀ ਇਹ ਕਾਨੂੰਨ ਦੇ ਅੰਦਰ ਜ਼ਮਾਨਤ ਨਹੀਂ, ਜੋ ਉਹਨੇ ਹਾਈਲਾਈਟ ਕੀਤਾ ਉਹ ਕਹਿੰਦਾ ਕਾਨੂੰਨ ਦੇ ਅੰਦਰ ਜ਼ਮਾਨਤ ਨਹੀਂ, ਪਰ ਜਿਹੜੇ ਹੋਰ ਕੰਸਟੀਟਿਊਸ਼ਨ ਦੀ ਵਾਇਲੇਸ਼ਨ ਹੈ ਜਿਹੜਾ ਉਹਦੇ ਅਧੀਨ ਲੈ ਲਓ ਇਹਨੂੰ, ਇਹਨੂੰ ਕਿਤੇ ਹੋਰ ਤਰ੍ਹਾਂ ਇੰਟਰਪ੍ਰੀਟ ਕਰੋ। ਸੋ ਇਨ ਦੈਟ ਵੇ ਇੱਕ ਪਰਸੈਪਸ਼ਨ ਇਹ ਬਣ ਰਹੀ ਹੈ ਕਿ ਜਿਹੜੀਆਂ ਸਾਰੀਆਂ ਏਜੰਸੀਆਂ ਨੇ, ਚਾਹੇ ਉਹ ਚੋਣ ਕਮਿਸ਼ਨ ਹੋਵੇ, ਤੁਹਾਡੇ ਯਾਦ ਹੋਏਗਾ ਕੱਲ ਹੀ ਕੇਜਰੀਵਾਲ ਵਾਲੇ ਕੇਸ 'ਚ ਵੀ ਮਨੂ ਸਿੰਘ ਵੀ ਹੋਣੀ ਵੱਡੇ ਵਕੀਲ ਚੋਣ ਕਮਿਸ਼ਨ ਨੂੰ ਵੀ ਮਿਲਦੇ ਨੇ ਕਿ ਜਦੋਂ ਪੁਲਿਸ ਸਾਰੀ ਬਿਊਰੋਕਰੇਸੀ ਚੀਫ ਸੈਕਟਰੀ ਉਹ ਤੁਹਾਡੇ ਅੰਡਰ ਆ ਜਾਂਦੇ ਨੇ ਚੋਣ ਜਾਬਤੇ ਦੇ ਅਧੀਨ, ਈਡੀ ਤੁਹਾਡੇ ਅੰਡਰ ਕਿਉਂ ਨਹੀਂ ਹੈਗੀ? ਈਡੀ ਵੀ ਤਾਂ ਚੋਣ ਜਾਬਤੇ 'ਚ ਚੋਣ ਕਮਿਸ਼ਨ ਦੇ ਅੰਡਰ ਹੋਣੀ ਚਾਹੀਦੀ ਹੈ, ਤੁਸੀਂ ਉਹਨੂੰ ਹਦਾਇਤਾਂ ਕਿਉਂ ਨਹੀਂ ਪਾਸ ਕਰ ਰਹੇ ਵੀ ਭਾਈ ਏਦਾਂ ਨਹੀਂ ਕਰਨਾ? ਪਰ ਗੱਲ ਬੜੀ ਲੋਜੀਕਲ ਹੈ ਉਹਨਾਂ ਦੀ ਕਿ ਜੇ ਸਾਰੀ ਪੁਲਿਸ ਤੁਹਾਡੇ ਅੰਡਰ ਹੈ, ਸਾਰਾ ਕੁਛ ਤੁਹਾਡੇ ਅੰਡਰ ਹੈ, ਤੇ ਮਤਲਬ ਈਡੀ ਤੋਂ ਬਾਹਰ ਕਿਉਂ ਹੈ ਫਿਰ? ਈਡੀ ਨੂੰ ਤੁਸੀਂ ਆਪਣੀਆਂ ਬਣਦੀਆਂ ਜਿਹੜੀਆਂ ਹਦਾਇਤਾਂ ਦਿਓ। ਸੋ ਇਸ ਕਰਕੇ ਇਹ ਸਾਰੇ ਦੇ ਵਿੱਚ ਜਿਹੜੀ ਭਾਰਤੀ ਜਨਤਾ ਪਾਰਟੀ ਹੈ, ਮੈਨੂੰ ਇਹ ਲੱਗ ਰਿਹਾ ਕਿ ਉਹਨਾਂ ਦੀ ਕਾਨੂੰਨੀ ਤੌਰ ਤੇ ਨੈਤਿਕ ਤੌਰ ਤੇ ਖਿੱਲੀ ਉੱਡ ਰਹੀ ਹੈ ਬਹੁਤ। ਹਾਂ, ਕਈ ਵਾਰੀ ਇਹ ਹੁੰਦਾ ਕਿ ਜੇਕਰ ਲੜਾਈ ਦੇ ਵਿੱਚ ਤੁਸੀਂ ਇਹ ਦੱਸਣ 'ਚ ਕਾਮਯਾਬ ਹੋ ਜਾਓ ਵੀ ਭਾਵੇਂ ਮੈਂ ਗਲਤ ਹਾਂ ਪਰ ਮੈਂ ਤਕੜਾ ਇੰਨਾ, ਜਿਹਨੂੰ ਮਰਜ਼ੀ ਮੈਂ ਉਹਦੀ ਐਸੀ ਤੈਸੀ ਫੇਰ ਦੂੰ, ਕਈ ਵਾਰੀ ਲੋਕ ਡਰ ਜਾਂਦੇ ਨੇ, ਚੁੱਪ ਕਰ ਜਾਂਦੇ ਨੇ। ਜੇ ਇੱਥੇ ਉਹ ਡਰ ਸਾਬਤ ਨਾ ਹੋਇਆ, ਜੋ ਲੱਗਦਾ ਮੈਨੂੰ ਵੀ ਹੋਣਾ ਨਹੀਂ, ਤਾਂ ਇਹਦੇ ਚਾਂਸ ਇਹ ਨੇ, ਪ੍ਰਭਾਵ ਇਹ ਹੈ ਕਿ 1977 ਦੁਹਰਾਇਆ ਨਾ ਜਾਵੇ ਕਿਤੇ, ਜੋ ਕੁਛ ਇੰਦਰਾ ਗਾਂਧੀ ਨਾਲ ਹੋਇਆ ਸੀ ਨਾ 1977 ਚ, ਇਹਦੀ ਪੋਸੀਬਿਲਿਟੀ ਇਹ ਵੀ ਹੋ ਸਕਦੀ ਹੈ। ਭਾਵੇਂ ਇਹਨਾਂ ਨੂੰ ਲੱਗਦਾ ਇਹਨਾਂ ਦੀ ਸਟ੍ਰੈਟਜੀ ਸੀ ਕਿ ਅਸੀਂ ਇਲੈਕਸ਼ਨ ਦੇ ਨੇੜੇ ਸਾਰਾ ਕੁਛ ਇਹ ਏਦਾਂ ਕਰ ਲਾਂਗੇ, ਪਰ ਉਹ ਬੈਕਫਾਇਰ ਹੋ ਸਕਦਾ ਸਾਰਾ ਕੁਛ। ਮੰਦਰ ਦਾ ਇਸ਼ੂ ਤੁਸੀਂ ਦੇਖ ਲਓ ਹੁਣ ਕਿਤੇ ਨਹੀਂ ਸਟੈਂਡ ਕਰਦਾ,
ਹਾਂ ਇਹਦੇ ਨਾਲ ਇੱਕ ਆਸਰਾ ਇਹਦਾ ਜ਼ਰੂਰ ਪੈ ਰਿਹਾ ਕਿ ਕੇਜਰੀਵਾਲ ਦੀ ਗ੍ਰਿਫਤਾਰੀ ਨਾਲ ਇਲੈਕਟੋਰਲ ਬੌਂਡ ਦਾ ਜਿਹੜਾ ਇਸ਼ੂ ਸੀ ਉਹ ਸਾਰਾ ਥੋੜਾ ਬੈਕ ਤੇ ਚੱਲਿਆ ਗਿਆ, ਉਹ ਅਖਬਾਰਾਂ ਚੋਂ ਮੀਡੀਆ ਚੋਂ ਹੱਲ ਦੀ ਘੜੀ ਉੱਡ ਗਿਆ। ਇਹ ਐਗਰੀ ਕਰਦੇ ਹਾਂ ਕਿ ਮੀਡੀਆ ਤੇ ਪੂਰੀ ਤਰ੍ਹਾਂ ਕਬਜ਼ਾ ਹੈ, ਪਰੰਤੂ ਫਿਰ ਵੀ ਜਿਹੜੀਆਂ ਖਬਰਾਂ ਨੇ ਉਹ ਬਾਹਰ ਆ ਰਹੀਆਂ ਨੇ। ਇਹ ਮੁੱਦੇ ਸੁਖਵਿੰਦਰ ਇੰਨੇ ਵੱਡੇ ਹੋ ਗਏ ਸੋਸ਼ਲ ਮੀਡੀਆ 'ਚ ਤੁਸੀਂ ਉਠਾ ਦੋਗੇ ਵੱਖਰੀ ਗੱਲ ਹੈ, ਇਹ ਤੋਂ ਬਿਨਾਂ ਇਹ ਮੁੱਦੇ ਇੰਟਰਨੈਸ਼ਨਲ ਮੀਡੀਆ 'ਚ ਉੱਠਣਗੇ, ਇੰਟਰਨੈਸ਼ਨਲ ਮੀਡੀਆ 'ਚੋਂ ਵੀਡੀਓਜ਼ ਘੁੰਮ ਕੇ ਸਾਡੇ ਸੋਸ਼ਲ ਮੀਡੀਆ 'ਚ ਆਉਣਗੀਆਂ। ਸੋ ਇਸ ਤਰ੍ਹਾਂ ਵੀ ਬਹੁਤ ਸਾਰੀਆਂ ਖਬਰਾਂ ਦਾ ਇੱਕ ਨਵਾਂ ਤਰੀਕਾ ਬਣ ਗਿਆ ਕਿ ਸਾਡਾ ਟੀਵੀ ਕੁਛ ਦੇਵੇ ਨਾ ਦੇਵੇ, ਜੇਕਰ ਉਹ ਅਲ ਜਜ਼ੀਰਾ ਤੇ ਆ ਗਿਆ ਨਾ ਤਾਂ ਉਹ ਵੀ ਸੋਸ਼ਲ ਮੀਡੀਆ ਰਾਹੀਂ ਸਾਰਾ ਕੁਛ ਸਾਡੇ ਕੋਲ ਆ ਜਾਏਗਾ। ਸੋ ਇਸ ਕਿਸਮ ਨਾਲ ਨਾ ਮੈਨੂੰ ਇਹ ਲੱਗ ਰਿਹਾ ਕਿ ਇਸ ਦੇ ਪ੍ਰਭਾਵ ਦੂਰਗਾਮੀ ਪੈਣਗੇ ਤੇ ਇਸ ਨੇ ਬੀਜੇਪੀ ਨੂੰ ਡਿਫੈਂਸ 'ਚ ਤਾਂ ਲੈ ਜਾਂਦਾ ਹੈ। ਕੇਜਰੀਵਾਲ ਦੀ ਬੇਲ ਹੋਵੇ ਜਾਂ ਨਾ ਹੋਵੇ ਮੈਨੂੰ ਨਹੀਂ ਪਤਾ, ਇਹ ਤੇ ਜੇ ਵਿਰੋਧੀ ਧਿਰਾਂ ਤਕੜੀਆਂ ਹੋਣ ਉਹਨਾਂ ਨੂੰ ਚਾਹੀਦਾ ਕਿ ਵੱਡਾ ਅੰਦੋਲਨ ਸ਼ੁਰੂ ਕਰ ਦੇਣ। ਕਿਉਂ? ਕਿਉਂਕਿ ਮੋਬਲਾਈਜੇਸ਼ਨ ਤਾਂ ਇਲੈਕਸ਼ਨ ਲਈ ਵੀ ਲੋੜੀਂਦੀ ਹੈ, ਰੈਲੀਆਂ ਤਾਂ ਵੈਸੇ ਵੀ ਇਲੈਕਸ਼ਨ ਲਈ ਵੀ ਕਰਨੀਆਂ ਨੇ ਨਾ, ਇਹਨੂੰ ਨਵਾਂ ਨਾ ਦੇ ਕੇ ਇਸ ਤਰ੍ਹਾਂ ਮੋਬਲਾਈਜੇਸ਼ਨ ਮੈਨੂੰ ਲੱਗਦਾ ਉਹ ਕਰਨਗੀਆਂ। ਉਹ ਮੇਰੇ ਨਾਲੋਂ ਜ਼ਿਆਦਾ ਸਿਆਣੀਆਂ ਨੇ, ਉਹਨਾਂ ਨੂੰ ਵੀ ਪਤਾ ਕਿ ਆਮ ਕੇ ਆਮ ਗੁਠੜੀ ਹੋ ਕੇ ਦਾਮ, ਰੈਲੀ ਦੀ ਰੈਲੀ ਤੇ ਵਿਰੋਧ ਦਾ ਵਿਰੋਧ, ਅੰਦੋਲਨ ਦਾ ਅੰਦੋਲਨ। ਤੇ ਇਹਦੇ ਵਿੱਚ ਇਹ ਹੋ ਸਕਦਾ ਹੈ ਜਿਹੜਾ ਡਰ ਲੱਗ ਰਿਹਾ ਸੀ ਕਿ ਆਉਣ ਵਾਲੇ ਸਮੇਂ 'ਚ ਤੇਜਸਵੀ ਨੂੰ ਵੀ ਫੜ ਸਕਦੀਆਂ ਨੇ, ਉਹ ਆਉਣ ਵਾਲੇ ਸਮੇਂ 'ਚ ਮਮਤਾ ਨੂੰ ਵੀ ਫੜ ਸਕਦੀਆਂ। ਮੈਨੂੰ ਇਹ ਲੱਗ ਰਿਹਾ ਕੁਝ ਪੱਤਰਕਾਰਾਂ ਨੇ ਪਹਿਲਾਂ ਇਹ ਵਿਨੋਦ ਸ਼ਰਮਾ ਜੀ ਹੋਣਾ ਨੇ ਸਪੈਸ਼ਲੀ ਕਿਹਾ ਸੀ ਵੀ ਮੈਨੂੰ ਇਹ ਲੱਗਦਾ ਕਿ ਇਸ ਸਿਚੁਏਸ਼ਨ 'ਚ ਕੇਜਰੀਵਾਲ ਨੂੰ ਗ੍ਰਿਫਤਾਰ ਕਰਕੇ ਸਰਕਾਰ ਫਸ ਜਾਏਗੀ, ਔਰ ਉਹਨਾਂ ਦੀ ਜੱਜਮੈਂਟ ਸੀ ਵੀ ਸ਼ਾਇਦ ਨਹੀਂ ਕਰੇਗੀ, ਔਰ ਉਹ ਬਿਲਕੁਲ ਸਹੀ ਸੀ ਉਹਨਾਂ ਦੀ ਗੱਲ। ਉਹ ਇਹਨਾਂ ਨੂੰ ਗ੍ਰਿਫਤਾਰ ਕਰਕੇ ਫਸ ਗਈ ਹੈ, ਇਸ ਤੋਂ ਅੱਗੇ ਕਿਸੇ ਨੂੰ ਗ੍ਰਿਫਤਾਰ ਨਹੀਂ ਕਰ ਪਾਊਗੀ, ਮੈਨੂੰ ਵੀ ਇਹੀ ਲੱਗਦਾ। ਸੋ ਇਸ ਤਰ੍ਹਾਂ ਦੀ ਕੁੱਲ ਮਿਲਾ ਕੇ ਸਿਚੁਏਸ਼ਨ ਲੱਗਦੀ ਹੈ ਜੀ ਇਹ ਸਾਰੇ ਸੰਦਰਭ ਦੇ ਵਿੱਚ। ਮੈਂ ਪ੍ਰੋਫੈਸਰ ਸਾਹਿਬ ਇੱਥੇ ਇੱਕ ਖਬਰ ਜੋੜ ਦਿੰਦਾ, ਕਿਉਂਕਿ ਤੁਸੀਂ ਜ਼ਿਕਰ ਕੀਤਾ ਨਾ ਹਿਮਾਚਲ ਦੇ ਵਿੱਚ ਕੀ ਕੁਛ ਹੋ ਰਿਹਾ। ਆਹ ਹੁਣੇ ਬ੍ਰੇਕਿੰਗ ਆ ਰਹੀ ਹੈ ਮੇਰੇ ਸਾਹਮਣੇ ਕਿ ਇਹ ਜਿਹੜੇ ਕਾਂਗਰਸ ਵਾਲੇ ਬਾਗੀ MLA ਸੀ ਉਹ ਬੀਜੇਪੀ ਚ ਸ਼ਾਮਿਲ ਹੋ ਗਏ, ਜਿਹੜੇ 3 ਆਜ਼ਾਦ ਸੀਗੇ MLA ਉਹ ਵੀ ਬੀਜੇਪੀ ਦੇ ਵਿੱਚ ਸ਼ਾਮਿਲ ਹੋ ਗਏ, ਮਤਲਬ 9 MLA ਵਿੱਚ ਬੀਜੇਪੀ ਸ਼ਾਮਿਲ ਹੋ ਗਏ। ਉਹੀ ਕਾਂਗਰਸ ਜਿਹੜੇ ਆਜ਼ਾਦ ਉਹ ਸ਼ਾਮਿਲ ਹੋ ਗਏ ਪਰ ਹੁਣ ਉਹ MLA ਨਹੀਂ ਹੈਗੇ। ਹਾਂਜੀ, ਤੁਸੀਂ ਇਹ ਗੱਲ ਨੂੰ ਏਦਾਂ ਸਮਝੋ ਵੀ ਉਹ ਸ਼ਾਮਿਲ ਹੋ ਗਏ, MLA ਨਹੀਂ ਹੈਗੇ। ਜਿਹੜੇ ਤਾਂ ਹੈਗੇ 3 ਬਾਗੀ MLA ਆਜ਼ਾਦ, ਉਹਨਾਂ ਦੇ ਜਿੱਤਣ ਦੇ ਪੂਰੇ ਪੂਰੇ ਚਾਂਸ ਨੇ, ਕਿਉਂਕਿ ਉਹ ਪਹਿਲਾਂ ਹੀ ਬੀਜੇਪੀ ਦੇ ਬਾਗੀ ਹੋ ਕੇ ਵੀ ਜਿੱਤੇ ਨੇ। ਜੇ ਬੀਜੇਪੀ ਨਾਲ ਜਿੱਤਣਗੇ ਇਹਦਾ ਮਤਲਬ ਜਿਹੜੇ ਉੱਥੇ ਬੀਜੇਪੀ ਦੇ ਕੈਂਡੀਡੇਟ ਨੇ ਉਹ ਹੁਣ ਚੁੱਪ ਕਰ ਜਾਣਗੇ, ਪਰੰਤੂ ਜਿਹੜੇ ਇਹ 6 ਆਏ ਨੇ ਉੱਥੇ ਜਿਹੜੇ 6 ਬੀਜੇਪੀ ਦੇ ਹਾਰੇ ਨੇ ਉਹ ਚੁੱਪ ਕਰਕੇ ਨਹੀਂ ਬੈਠਣਗੇ। ਇਹਨਾਂ 6 ਦਾ ਦੁਬਾਰੇ ਜਿੱਤਣਾ ਇੰਨਾ ਸੌਖਾ ਕੰਮ ਨਹੀਂ ਹੈਗਾ। ਅੱਛਾ, ਦੂਜਾ ਇਹ 9 ਦੇ 9 ਪਾ ਕੇ ਦੋਨਾਂ ਦੀਆਂ ਵੋਟਾਂ 34-34 ਹੋਈਆਂ ਸੀ, ਇਹ 9 ਵਿੱਚ ਐਡ ਕਰਕੇ ਇਹ ਕੋਈ ਗਰੰਟੀ ਨਹੀਂ ਕਿ 6 ਦੀਆਂ 6 ਸੀਟਾਂ ਦੁਬਾਰੇ ਜਿੱਤ ਲੈਣਗੇ। ਤੇ ਜੇ ਇਹ 6 ਜਿੱਤ ਵੀ ਗਏ ਤੇ ਜਿਹੜੇ 3 ਇੰਡੀਪੈਂਡੈਂਟ ਦੀ ਚੋਣ ਨਾ ਹੋਈ, ਸਪੀਕਰ ਨੇ ਕੋਈ ਪੰਗਾ ਪਾ ਲਿਆ ਕਿ ਹਾਲੇ ਨੀ ਅਸਤੀਫਾ ਇਹਨਾਂ ਦਾ ਮਨਜ਼ੂਰ ਕਰਦੇ, ਤੇ ਫਿਰ ਇਹ 34 ਦੀ ਬਜਾਏ, ਪਹਿਲੀ ਗੱਲ ਤਾਂ 6 ਦੇ 6 ਜਿੱਤਣੇ ਨੀ, ਜੇ 6 ਜਿੱਤ ਵੀ ਗਏ ਤਾਂ ਵੀ 34-31 ਰਹਿਣਗੇ ਫਿਰ। ਸੌਖਾ ਨਹੀਂ ਇਹ, ਹੁਣ ਸਾਰਾ ਹਿਸਾਬ ਕਿਤਾਬ ਦਾ ਕੰਮ ਹੋ ਗਿਆ, ਕਾਨੂੰਨ ਦਾ ਕੰਮ ਨਹੀਂ ਰਿਹਾ, ਇਹ ਸਾਰਾ ਮੈਥਮੈਟਿਕਸ ਦਾ ਕੰਮ ਹੋ ਗਿਆ। ਸੋ ਇਹ ਟੇਢਾ ਕੰਮ ਹੈ ਬਹੁਤ ਜੀ।
ਮਤਲਬ ਕਿ ਇੱਕ ਤਮਾਸ਼ਾ ਬਣ ਕੇ ਰਹਿ ਗਿਆ ਮੁਲਕ ਦੀ ਸਿਆਸਤ ਦਾ। ਸਿੱਧੇ ਸ਼ਬਦ ਜਿਵੇਂ ਤੁਸੀਂ ਕਿਹਾ ਕਿ ਅਣ ਐਲਾਨੀ ਐਮਰਜੈਂਸੀ ਕਹਿ ਲਓ ਜਾਂ ਐਮਰਜੈਂਸੀ ਵਰਗੇ ਹਾਲਾਤ ਮੁਲਕ ਚ ਇਦਾਂ ਦੇ ਬਣਾ ਦੋ ਚੀਜ਼ਾਂ, ਅਣ ਐਲਾਨੀ ਐਮਰਜੈਂਸੀ ਸੀ ਤੇ ਜਿਹੜਾ ਪ੍ਰੈਸ ਤੇ ਅਣ ਐਲਾਨੀਆਂ ਬੰਦਿਸ਼ਾਂ। ਬਿਲਕੁਲ, ਮਤਲਬ ਪ੍ਰੈਸ ਕੋਈ ਖ਼ਬਰ, ਜਦੋਂ ਮੈਂ ਤੁਹਾਨੂੰ ਦੱਸ ਰਿਹਾ ਕਿ ਇਸ਼ਤਿਹਾਰ ਨੀ ਦੇ ਸਕਦਾ, ਖ਼ਬਰ ਤਾਂ ਕਿੱਥੋਂ ਲਗਾ ਦੇਗਾ ਫਿਰ ਉਹ। ਬਿਲਕੁਲ ਬਿਲਕੁਲ, ਮਤਲਬ ਇਸ ਕਰਕੇ ਨਾ ਇਸ ਤਰ੍ਹਾਂ ਦੀ ਜਿਹੜੀ ਇਹ ਗੱਲ ਹੈ, ਔਰ ਇਹ ਡੈਮੋਕ੍ਰੇਸੀ ਦੇ ਵਿੱਚ ਐਕਸੈਪਟੇਬਲ ਨਹੀਂ। ਤੇ ਜਿਹੜਾ ਦੋਸ਼ ਸਾਰਾ ਵਿਰੋਧੀ ਧਿਰ ਜਿਹੜਾ ਲਾਉਂਦਾ ਹੈ ਕਿ ਜੇਕਰ ਇਹ ਜਿੱਤ ਗਏ ਇਹ ਸੰਵਿਧਾਨ ਨਹੀਂ ਰਹੇਗਾ, ਇਸ ਤੋਂ ਬਾਅਦ ਚੋਣ ਨਹੀਂ ਹੋਏਗੀ, ਆਮ ਲੋਕਾਂ ਨੂੰ ਇਹ ਜਦੋਂ ਪਹਿਲਾਂ ਤੋਂ ਇਹ ਸਮਝਦੇ ਸੀ ਕਿ ਪੋਲੀਟੀਕਲ ਪਾਰਟੀਆਂ ਤਾਂ ਕਿਹੀ ਕਰਦੀਆਂ ਹੈ, ਲੇਕਿਨ ਹੁਣ ਆਮ ਲੋਕਾਂ ਨੂੰ ਇਹ ਲੱਗਣ ਲੱਗ ਗਿਆ ਵੀ ਇਹ ਸੱਚ ਗੱਲ ਹੈ, ਜੇ ਇਹ ਦੁਬਾਰੇ ਜਿੱਤ ਗਏ ਨਾ ਫਿਰ ਸੰਵਿਧਾਨ ਸਮਝੌਤ ਕੋਈ ਨਹੀਂ ਰਹਿਣਾ। ਇਸ ਚੀਜ਼ ਦਾ ਭਾਰਤੀ ਜਨਤਾ ਪਾਰਟੀ ਨੂੰ ਮੇਰੀ ਸਮਝ ਮੁਤਾਬਕ ਵੱਡਾ ਨੁਕਸਾਨ ਹੋਣ ਜਾ ਰਿਹਾ ਹੈ। ਬਿਲਕੁਲ, ਕਿਸੇ ਵੇਲੇ ਕੁਝ ਵੀ ਹੋ ਸਕਦਾ। ਇਹ ਬਣੀ ਹੈ ਆਪੋਜੀਸ਼ਨ, ਇਹਨੂੰ ਕਿੰਨਾ ਕੈਸ਼ ਕਰ ਸਕਦੀ ਹੈ ਇਹ ਸਮੇਂ ਤੇ ਪਤਾ ਲੱਗੇਗਾ। ਜੀ ਬਿਲਕੁਲ, ਮੈਂ ਪ੍ਰੋਫੈਸਰ ਆਖਰੀ ਸਵਾਲ ਲਵਾਂਗਾ। ਵੈਸੇ ਤੁਸੀਂ ਕਾਫੀ ਵਿਸਥਾਰ ਦੇ ਵਿੱਚ ਤਕਰੀਬਨ ਸਾਰਾ ਕੁਝ ਮੁਕੰਮਲ ਕਰ ਦਿੱਤਾ ਜੋ ਕੁਝ ਚੱਲ ਰਿਹਾ ਮੁਲਕ ਦੀ ਸਿਆਸਤ ਦੇ ਅੰਦਰ ਇੱਥੇ। ਮਤਲਬ ਕਿ ਮੈਂ ਦੋ ਹੀ ਸਵਾਲ ਇਕੱਠੇ ਕਰ ਦਿੰਦਾ, ਸ਼ਾਇਦ ਦਰਸ਼ਕਾਂ ਤੋਂ ਮੈਂ ਮਾਫੀ ਮੰਗਾਂਗਾ ਕਿਉਂਕਿ ਸਮਾਂ ਸਾਡੇ ਕੋਲ ਸੀਮਤ ਹੁੰਦਾ। ਇੱਕ ਤਾਂ ਇਹ ਕਿ ਦਿੱਲੀ ਵਾਲੀ ਪਾਲਿਸੀ ਵਾਪਸ ਕਿਉਂ ਲਈ, ਇਹ ਵੀ ਸਵਾਲ ਬਹੁਤ ਵੱਡੇ ਹੋ ਕੇ ਸਾਹਮਣੇ ਆ ਰਹੇ ਘਟ ਰਹੀ ਹੈ ਕਿਤੇ ਮੇਰੇ ਕੋਲ ਵੀ। ਹਾਂਜੀ, ਵੀ ਕੇਜਰੀਵਾਲ ਸਾਹਿਬ ਨੂੰ ਨਿਸ਼ਾਨੇ ਤੇ ਕਿਉਂ ਲਿਆ ਜਾ ਰਿਹਾ, ਇਹੋ ਜਿਹੀਆਂ ਗੱਲਾਂ। ਆਵਾਜ਼ ਆ ਰਹੀ ਸਹੀ? ਮੋਟੇ ਸਵਾਲ ਇੱਕ ਤਾਂ ਇਹ ਕਿ ਦਿੱਲੀ ਵਾਲੀ ਸ਼ਰਾਬ ਪਾਲਿਸੀ ਵਾਪਸ ਕਿਉਂ ਲਈ, ਇਹ ਸਵਾਲ ਲਗਾਤਾਰ ਬਰਕਰਾਰ ਹੈ। ਫਿਰ ਹੁਣ ਪੰਜਾਬ ਦੇ ਵਿੱਚ ਤੁਸੀਂ ਦੇਖਿਆ ਜਾਖੜ ਸਾਹਿਬ ਮਿਲ ਕੇ ਆਏ ਨੇ, ਉਹਨਾਂ ਨੇ ਜਿਹੜੀ ਇਲੈਕਸ਼ਨ ਕਮਿਸ਼ਨਰ ਦੇ ਨਾਲ ਗੱਲਬਾਤ ਕੀਤੀ, ਉਹਨਾਂ ਨੇ ਕਿਹਾ ਕਿ ਇਸ ਮਾਮਲੇ ਦੇ ਵਿੱਚ ਪੰਜਾਬ ਚ ਵੀ ਜਿਹੜੀ ਇਹ ਜਾਂਚ ਪੜਤਾਲ ਲੱਗੇ ਹੋਏ, ਜਿਵੇਂ ਤੁਸੀਂ ਕਿਹਾ ਕਿ ਈਡੀ ਦਾਇਰੇ ਤੋਂ ਬਾਹਰ ਕਿਉਂ, ਸ਼ਾਇਦ ਹੋ ਸਕਦਾ ਕਿ ਈਡੀ ਅੰਦਰਲੇ ਪਾਸੇ ਨੂੰ ਤੁਰ ਪਏ। ਦੂਜਾ ਸਵਾਲ ਜ਼ਹਿਰੀਲੀ ਸ਼ਰਾਬ ਦਾ, ਆਮ ਆਦਮੀ ਪਾਰਟੀ ਦੀ ਸਾਰੀ ਲੀਡਰਸ਼ਿਪ ਸਣੇ ਮੁੱਖ ਮੰਤਰੀ ਭਗਵੰਤ ਮਾਨ ਦਿੱਲੀ ਚ ਬੈਠੇ ਨੇ, ਇੱਥੇ 18 ਦੇ ਕਰੀਬ ਲੋਕ ਜਿਹੜੇ ਨੇ ਸੰਗਰੂਰ ਦੇ ਪਿੰਡ ਵਿੱਚ ਤੇ ਸਨਾਮ ਦੇ ਵਿੱਚ ਜ਼ਹਿਰੀਲੀ ਸ਼ਰਾਬ ਪੀ ਕੇ ਮਰ ਚੁੱਕੇ ਨੇ, ਤੇ ਕਈ ਜਿਹੜੇ ਨੇ ਵੱਡੀ ਗਿਣਤੀ ਚ ਹਸਪਤਾਲਾਂ ਚ ਦਾਖਲ ਨੇ। ਇਹ ਹਾਲਾਤ ਜਦੋਂ ਪੰਜਾਬ ਚ ਬਣੇ ਬੈਠੇ ਨੇ, ਤੁਸੀਂ ਉੱਥੇ ਤੁਹਾਨੂੰ ਫਿਕਰ ਪਿਆ ਹੋਇਆ, ਰਾਤੋ ਰਾਤ ਉੱਥੇ ਜਾ ਕੇ ਡੇਰੇ ਲਾ ਲਏ, ਇੱਕ ਵੀ ਸ਼ਬਦ ਜਾਂ ਉਸ ਮਾਮਲੇ ਦੇ ਵਿੱਚ ਆ ਕੇ ਕੋਈ ਜਾਂਚ ਦੀ ਗੱਲ ਜਾਂ ਫਿਰ ਉੱਥੇ ਨਾ ਪਹੁੰਚਣਾ ਉਹਨਾਂ ਪਰਿਵਾਰਾਂ ਦੇ ਕੋਲੇ, ਉਹ ਮੋਰਚਾ ਲਾ ਕੇ ਬਹਿ ਚੁੱਕੇ ਨੇ। ਪਰ ਇਹ ਵੀ ਬਹੁਤ ਸਾਰੇ ਸਵਾਲ ਖੜੇ ਕਰਦਾ ਕਿ ਤੁਸੀਂ ਕਿਹੜੇ ਪਾਸੇ ਨੂੰ ਮੁਲਕ ਨੂੰ ਜਾਂ ਕਿਹੜੇ ਪਾਸੇ ਨੂੰ ਪੰਜਾਬ ਨੂੰ ਲੈ ਕੇ ਜਾ। ਇਹ ਤੁਹਾਡੀ ਬਿਲਕੁਲ ਸਹੀ ਗੱਲ ਹੈ ਕਿ ਲਾ ਐਂਡ ਆਰਡਰ ਦੀ ਸਿਚੁਏਸ਼ਨ ਸਰਕਾਰ ਨੂੰ ਸਮੇਂ ਸਿਰ ਦੇਖਣੀ ਚਾਹੀਦੀ ਹੈ, ਸਰਕਾਰ ਦੀ ਜ਼ਿੰਮੇਵਾਰੀ ਹੈ। ਔਰ ਲਾ ਐਂਡ ਆਰਡਰ ਦੇ ਵਿੱਚ ਇਹ ਸਾਰਾ ਕੁਛ ਹੈ ਕਿ ਜੇਕਰ ਇਸ ਤਰ੍ਹਾਂ ਦੀ ਸ਼ਰਾਬ, ਜ਼ਹਿਰੀਲੀ ਸ਼ਰਾਬ ਜਾਂ ਜਿਹੜੀ ਗੈਰ ਪ੍ਰਮਾਣਿਤ ਸ਼ਰਾਬ ਜਿੱਥੋਂ ਮਰਜ਼ੀ ਆਵੇ, ਉਹ ਜਿਹੜੇ ਮਰਜ਼ੀ ਸੋਰਸ ਤੋਂ ਆਵੇ, ਜਿਹੜੀ ਅਨਿਯਮਤ ਹੈ, ਜਿਹੜੀ ਕਾਨੂੰਨ ਮੁਤਾਬਕ ਠੀਕ ਨਹੀਂ ਹੈ, ਉਹ ਜੇ ਵਿਕ ਰਹੀ ਹੈ ਤਾਂ ਇਹ ਸਰਕਾਰ ਦੀ ਜ਼ਿੰਮੇਵਾਰੀ ਹੈ। ਤੇ ਆਮ ਸਭ ਕਿਤੇ ਸਮਝਿਆ ਇਹ ਜਾਂਦਾ ਕਿ ਚਾਹੇ ਉਹ ਹੋਰ ਸਿੰਥੈਟਿਕ ਨਸ਼ਾ ਹੋਵੇ, ਚਾਹੇ ਉਹ ਜਿਹੜਾ ਕਾਨੂੰਨੀ ਤੌਰ ਤੇ ਪਾਬੰਦੀ ਲੱਗੀ ਵਾਲਾ ਨਸ਼ਾ ਹੋਵੇ, ਜੇਕਰ ਉਹ ਵਿਕਦਾ ਉਹ ਸਰਕਾਰ ਜਾਂ ਪ੍ਰਸ਼ਾਸਨ, ਪ੍ਰਸ਼ਾਸਨ ਤੇ ਸਰਕਾਰ ਨੂੰ ਬਹੁਤਾ ਵਾਰੀ ਆਪਾਂ ਅੱਡ ਕਰਕੇ ਨਹੀਂ ਦੇਖਦੇ, ਇਹ ਉਹਨਾਂ ਦੀ ਮਿਲੀ ਭੁਗਤ ਤੋਂ ਬਿਨਾਂ ਵੇਚਣਾ ਬੜਾ ਮੁਸ਼ਕਿਲ ਕੰਮ ਹੈ, ਇਹ ਸਮਝਿਆ ਜਾਂਦਾ ਹੈ। ਤੇ ਇਸ ਕਰਕੇ ਦੋਸ਼ ਹੈ ਜਿਹੜਾ, ਇਹ ਪ੍ਰਸ਼ਾਸਨ ਤੇ ਵੀ ਲੱਗੇਗਾ, ਸਰਕਾਰ ਤੇ ਵੀ ਲੱਗੇਗਾ। ਜੇ ਪ੍ਰਸ਼ਾਸਨ ਦੀ ਢਿੱਲ ਹੈ ਤਾਂ ਵੀ ਉਹ ਸਰਕਾਰ ਤੇ ਲੱਗੇਗਾ, ਸਰਕਾਰ ਦੀ ਜ਼ਿੰਮੇਵਾਰੀ ਹੈ। ਸੋ ਇਸ ਕਰਕੇ ਮੈਨੂੰ ਲੱਗਦਾ ਇਹ ਕੁਤਾਹੀ ਕਰ ਰਹੇ ਨੇ ਉਹ,
ਇਹ ਉਹਨਾਂ ਦੀ ਜ਼ਿੰਮੇਵਾਰੀ ਉਹਨਾਂ ਨੂੰ ਲੈਣੀ ਚਾਹੀਦੀ ਹੈ ਤੇ ਪਬਲਿਕ ਦੇ ਸਾਹਮਣੇ ਦੋਸ਼ੀ ਆਉਣੇ ਚਾਹੀਦੇ ਨੇ। ਦੋ ਗੱਲਾਂ ਇਹਦੇ ਵਿੱਚ ਹੋਣੀਆਂ ਚਾਹੀਦੀਆਂ ਨੇ ਕਿ ਜਿਹੜਾ ਨੁਕਸਾਨ ਹੋਇਆ ਉਹਦੀ ਭਰਪਾਈ ਕੀਤੀ ਜਾਵੇ, ਜਿਹੜੇ ਪੀੜਤ ਨੇ ਜਿਹੜੇ ਵਿਚਾਰੇ ਮੌਤ ਆ ਹੋ ਗਈ ਜਿਹਨਾਂ ਦੀ, ਉਹਨਾਂ ਨੂੰ ਕਿੱਦਾਂ ਕੰਪਨਸੇਟ ਕਰਨਾ ਹੈ ਉਹ ਸਰਕਾਰ ਨੂੰ ਦੇਖਣਾ ਚਾਹੀਦਾ ਹੈ। ਜਿਹੜੇ ਬਿਮਾਰ ਨੇ ਉਹਨਾਂ ਦੀ ਇਲਾਜ ਅਸਰਦਾਰ ਤਰੀਕੇ ਨਾਲ ਹੋਣ ਲਈ ਮੰਤਰੀਆਂ ਨੂੰ ਹਸਪਤਾਲ ਜਾਣਾ ਚਾਹੀਦਾ, ਡਾਕਟਰ ਅਪੁਆਇੰਟ ਕਰਨੇ ਚਾਹੀਦੇ ਨੇ ਔਰ ਉਹ ਜਨਤਾ ਨੂੰ ਦਿਖਾਈ ਦੇਣਾ ਚਾਹੀਦਾ ਕਿ ਹਾਂ ਕੁਛ ਹੋ ਰਿਹਾ। ਇਕੱਲਾ ਇਹ ਨਹੀਂ ਉੱਥੇ ਜਾਣਾ ਚਾਹੀਦਾ ਜਾਂ ਕੰਮ ਹੋ ਰਿਹਾ, ਜਿਹਨੂੰ ਆਪਾਂ ਕਹਿੰਦੇ ਇਨਸਾਫ ਜਦੋਂ ਹੁੰਦਾ ਨਾ ਉਹ ਦਿਖਾਈ ਵੀ ਦੇਣਾ ਚਾਹੀਦਾ ਕਿ ਇਨਸਾਫ ਹੋ ਰਿਹਾ। ਸੋ ਇਹ ਬਹੁਤ ਵੱਡੀ ਗੱਲ ਹੈ, ਇਹਦੇ ਨਾਲ ਆਮ ਆਦਮੀ ਪਾਰਟੀ ਨੂੰ ਘਾਟ ਹੋਊਗੀ। ਜਿੱਥੋਂ ਤੱਕ ਤੁਸੀਂ ਗੱਲ ਕਰਦੇ ਹੋ ਬੀਜੇਪੀ ਦੀ, ਉਹ ਗਵਰਨਰ ਨੂੰ ਮਿਲੇ ਨੇ, ਉਹ ਮੈਨੂੰ ਇਹ ਲੱਗਦਾ ਹੈ ਕਿ ਇਸ਼ੂ ਨੂੰ ਡਾਈਵਰਟ ਕਰਨਾ ਚਾਹੁੰਦੇ ਨੇ ਕਿ ਸਾਡਾ ਇਸ਼ੂ ਬਹੁਤ ਵੱਡਾ ਹੋ ਗਿਆ, ਇਸ ਕਰਕੇ ਜੇ ਉਹਦੇ ਬਰਾਬਰ ਦੀ ਕੋਈ ਖਬਰ ਹੋਰ ਬਣ ਜਾਵੇ ਤਾਂ ਸਾਡੀ ਖਬਰ ਟਾਲੀ ਜਾ ਸਕਦੀ ਹੈ। ਮੈਂ ਤਾਂ ਇਹ ਵੀ ਕਹਿਣਾ ਵੀ ਗਵਰਨਰ ਨੂੰ ਮਿਲਣ ਦੀ ਬਜਾਏ ਭਾਰਤੀ ਜਨਤਾ ਪਾਰਟੀ ਵਾਲੇ ਵੀ ਹਸਪਤਾਲਾਂ 'ਚ ਕਿਉਂ ਨਹੀਂ ਜਾਂਦੇ, ਕੇਂਦਰ ਦਾ ਸਿਹਤ ਮੰਤਰੀ ਕਿਉਂ ਨਹੀਂ ਆ ਜਾਂਦਾ ਇੱਥੇ ਉਹ ਅਸਰਦਾਰ ਬਣਾਉਣ। ਇਸ ਕਰਕੇ ਮੈਨੂੰ ਇਹ ਲੱਗਦਾ ਉਹ ਵੀ ਆਪਣੀ ਸਿਆਸੀ ਰੋਟੀਆਂ ਸੇਕਣਾ ਚਾਹੁੰਦੇ ਨੇ ਇਸ ਗੱਲ ਤੋਂ ਬਾਹਲਾ। ਜਨਤਾ ਲਈ ਜੇ ਮੋਟੇ ਰੂਪ 'ਚ ਆਪਾਂ ਕਹੀਏ, ਸਾਰੀਆਂ ਜਿਹੜੀਆਂ ਰਾਜਨੀਤਿਕ ਧਿਰਾਂ ਨੇ ਨਾ ਉਹ ਜਨਤਾ ਲਈ ਬਹੁਤੀਆਂ ਚਿੰਤਾ ਤੁਰ ਨਹੀਂ, ਉਹਨਾਂ ਨੂੰ ਸਿਵਾਏ ਆਪਣੀ ਰਾਜਨੀਤੀ ਤੋਂ ਜਾਂ ਆਪਣੀਆਂ ਚੋਣਾਂ ਤੋਂ ਆਪਣੀਆਂ ਸੀਟਾਂ ਤੋਂ ਗਿਣਤੀ ਮਿਣਤੀ ਤੋਂ ਮੇਰੇ ਖਿਆਲ 'ਚ ਵਿਹਲ ਨਹੀਂ, ਚਾਹੇ ਉਹ ਆਮ ਆਦਮੀ ਪਾਰਟੀ ਹੋਵੇ। ਮੈਂ ਇਹਦੇ ਵਿੱਚ ਸਾਫ਼ ਕਹਿੰਦਾ ਕਿ ਇਹ 'ਚ ਕਿਸੇ ਨੂੰ ਵਿਹਲ ਨਹੀਂ। ਦੂਜੀਆਂ ਰਾਜਨੀਤਿਕ ਪਾਰਟੀਆਂ ਨੇ ਵੀ ਇਹਦੇ ਵਿੱਚ ਕੋਈ ਬਹੁਤ ਪੋਜ਼ਿਟਿਵ ਰੋਲ ਨਹੀਂ ਆ ਰਿਹਾ, ਬਿਆਨ ਦੇ ਦਿੰਦੇ ਨੇ ਇੱਕ, ਠੀਕ ਹੈ ਨਾ। ਪ੍ਰਸ਼ਾਸਨ 'ਤੇ ਤਾਂ ਇੱਕ ਦਬਾਅ ਦੂਜੀਆਂ ਪਾਰਟੀਆਂ ਵੀ ਕ੍ਰੀਏਟ ਕਰ ਸਕਦੀਆਂ ਨੇ ਕਿ ਤੁਸੀਂ ਇਹਦੀ ਚੋਣ ਕਿਉਂ ਨਹੀਂ, ਇਹਦਾ ਸਾਰਾ ਕੁਛ ਜਾਂਚ ਕਰਦੇ ਠੀਕ ਸਮੇਂ ਸਿਰ। ਸੋ ਇਹ ਗੱਲ ਹੈ ਜੀ ਇਹਦੇ ਵਿੱਚ, ਹੈ ਮਾੜੀ ਗੱਲ ਹੈ, ਨਿੰਦਣਯੋਗ ਹੈ, ਮਾੜੀ ਗੱਲ ਹੋਈ। ਸਰਕਾਰ ਨੂੰ ਇਹਦੀ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ, ਜ਼ਿੰਮੇਵਾਰੀ ਲੈ ਕੇ ਜਿਹੜੇ ਦੋਸ਼ੀ ਨੇ ਉਹ ਜਲਦੀ ਤੋਂ ਜਲਦੀ ਕਟਹਿਰੇ 'ਚ ਖੜੇ ਕਰਕੇ ਜਨਤਾ ਦੇ ਸਾਹਮਣੇ ਲੈ ਆਉਣੇ ਚਾਹੀਦੇ ਨੇ ਤਾਂ ਕਿ ਪਤਾ ਲੱਗੇ ਕਿ ਇਹਦੇ ਵਿੱਚ ਕੋਈ ਸਰਕਾਰ ਦਾ ਹੱਥ ਤਾਂ ਨਹੀਂ। ਅਦਰਵਾਈਜ਼ ਇੱਕ ਪਰਸੈਪਸ਼ਨ ਇਹ ਬਣਦੀ ਹੁੰਦੀ ਹੈ ਕਿ ਇਹ ਲੋਕ ਜੇਕਰ ਸਾਹਮਣੇ ਨਹੀਂ ਆਉਂਦੇ ਤਾਂ ਕਿਤੇ ਨਾ ਕਿਤੇ ਪ੍ਰਸ਼ਾਸਨ ਨਾਲ ਇਹਨਾਂ ਦੀ ਮਿਲੀ ਭੁਗਤ ਹੈ, ਫਿਰ ਬਿਲਕੁਲ ਹੋ ਜਾਂਦੀ। ਇਲੈਕਸ਼ਨ ਕਮਿਸ਼ਨ ਨੇ ਇਸ ਮਾਮਲੇ ਦੇ ਵਿੱਚ ਕਾਰਵਾਈ ਕੀਤੀ ਹੈ, ਉਹਨਾਂ ਨੇ ADGP ਲੈਵਲ ਦੀ ਇੱਕ ਹਾਈ ਲੈਵਲ ਜਿਹੜੀ ਹੈ ਕਮੇਟੀ ਬਣਾਈ ਹੈ ADGP ਦੀ ਅਗਵਾਈ ਦੇ ਵਿੱਚ, ਤੇ ਇਸ ਮਾਮਲੇ ਦੇਖੋ ਹੁਣ ਅੱਗੇ ਹੁਣ ਤੱਕ 21 ਮੌਤਾਂ ਜਿਹੜੀਆਂ ਉਹ ਹੋ ਚੁੱਕੀਆਂ ਸੀ 18 ਦੇ। ਮੈਂ ਤੁਹਾਨੂੰ ਇਹ ਕਹਿੰਦਾ ਇਹ ਜਿਹੜੀ ਕਮੇਟੀ ਬਣਾਈ ਹੈ ਨਾ, ਇਹ ਚੌਥੇ ਪਰਸੋਂ ਜਿੱਦੇ ਘਟਨਾ ਹੋਈ ਹੈ ਨਾ ਉਸ ਦਿਨ ਰਾਤ ਨੂੰ ਬਣ ਜਾਣੀ ਚਾਹੀਦੀ ਸੀ। ਬਿਲਕੁਲ ਬਿਲਕੁਲ, ਰਿਜ਼ਲਟ ਆ ਜਾਣੇ ਚਾਹੀਦੇ ਸੀ ਵੀ ਇਹਦੇ ਪਿੱਛੇ ਕੌਣ ਹੈ। ਬਿਲਕੁਲ ਬਿਲਕੁਲ ਬਿਲਕੁਲ, ਤੇ ਜਿਹੜਾ ਸਵਾਲ ਮੈਂ ਉਹ ਕੀਤਾ ਸੀਗਾ ਉਹਨੂੰ ਅਖੀਰ ਦੇ ਵਿੱਚ ਦੁਬਾਰਾ ਲੈਂਦੇ ਹਾਂ ਕਿ ਐਕਸਾਈਜ਼ ਪਾਲਿਸੀ ਦਾ ਸਵਾਲ ਹੈ ਨਾ ਕਿ ਦਿੱਲੀ 'ਚ ਵਾਪਸ ਲੈ ਲਈ, ਪੰਜਾਬ ਦੇ ਵਿੱਚ ਇੰਨ ਬਿੰਨ ਲਾਗੂ ਹੈ, ਸੁਨੀਲ ਜਾਖੜ ਸਾਹਿਬ ਕਹਿੰਦੇ ਕਾਰਵਾਈ ਹੋਣੀ ਚਾਹੀਦੀ ਹੈ, ਇਸ ਨੂੰ ਕਿਵੇਂ ਵੇਖਿਆ? ਆਮ ਆਦਮੀ ਪਾਰਟੀ ਇਸ ਸਵਾਲ ਤੋਂ ਤਾਂ ਭੱਜ ਨਹੀਂ ਨਾ ਸਕਦੀ ਕਿ ਵਾਪਸ ਕਿਉਂ ਲਈ ਪੰਜਾਬ ਲਾਗੂ ਹੈ। ਪਾਲਿਸੀ ਬਣਾਉਣ ਦਾ ਸਰਕਾਰ ਦਾ ਕੰਮ ਹੈ, ਕਿਸੇ ਨੇ ਵਾਪਸ ਲੈ ਲਈ ਜਾਂ ਨਹੀਂ ਲੈ ਲਈ, ਜੇ ਤਾਂ ਉਹ ਪਾਲਿਸੀ ਦੇ ਵਿੱਚ ਦਿਖਾਈ ਦੇ ਰਿਹਾ ਕੋਈ ਟ੍ਰਾਂਜੈਕਸ਼ਨ ਹੋਈ ਹੈ, ਕਿਸੇ ਨੂੰ ਵੱਡਾ ਫਾਇਦਾ ਮਿਲਿਆ, ਫਿਰ ਤਾਂ ਦੋਸ਼ ਲਾ ਸਕਦੇ ਹਾਂ। ਨਹੀਂ, ਪਾਲਿਸੀਆਂ ਤਾਂ ਬਦਲਦੀਆਂ ਰਹਿੰਦੀਆਂ ਨੇ, ਕਦੇ ਕਦੇ ਕੋਈ ਪਾਲਿਸੀ ਆ ਜਾਂਦੀ ਹੈ, ਕਦੇ ਕੋਈ ਪਾਲਿਸੀ ਆ ਜਾਂਦੀ ਹੈ। ਇਹਦਾ ਮਤਲਬ ਜੇ PMLA ਕਾਨੂੰਨ ਲੈ ਆਂਦਾ ਇਹਨਾਂ ਨੇ ਇੱਕ ਸਮੇਂ, ਉਹ 8 ਸਾਲਾਂ ਬਾਅਦ ਰਿਜੈਕਟ ਹੋਇਆ, ਫਿਰ ਇਹਦਾ ਕੀ ਹੋਣਾ ਚਾਹੀਦਾ ਸੀ? ਹੁਣ ਇਹਦਾ ਕਿਹਦੇ ਤੇ ਦੋਸ਼ ਲਾਈਏ? ਮਤਲਬ ਜੇ ਪਾਲਿਸੀ ਗਲਤ ਹੈ, ਹੁਣ ਕਿੰਨਾ ਚਿਰ ਹੋ ਗਿਆ ਇਹਨਾਂ ਨੂੰ ਹੁਣ ਪਤਾ ਲੱਗਿਆ ਪਾਲਿਸੀ ਗਲਤ ਹੈ, ਉਦਾਂ ਦੀ ਚੈਲੇਂਜ ਕਿਉਂ ਨਹੀਂ ਕੀਤੀ ਹੈ ਪਾਰਟੀ ਨੇ? ਇਹ ਕਈ ਵਾਰੀ ਅਸੀਂ ਨਾ ਸਿਰਫ ਦੋਸ਼ ਲਾਉਣ ਲਈ ਦੋਸ਼ ਲਾਉਂਦੇ ਹਾਂ, ਜਿਹੜਾ ਇਹ ਅੱਛੀ ਰਾਜਨੀਤੀ ਨਹੀਂ ਹੈ। ਮੈਨੂੰ ਨਹੀਂ ਇਹਦਾ, ਮੈਂ ਬਹੁਤ ਅਧਿਐਨ ਨਹੀਂ ਕੀਤਾ, ਮੈਨੂੰ ਨਹੀਂ ਪਤਾ ਇਹ ਪਾਲਿਸੀ ਠੀਕ ਹੈ ਜਾਂ ਗਲਤ ਹੈ, ਪਰ ਸਰਕਾਰ ਕੋਲੇ ਆਪਣਾ ਵਿਧੀ ਵਿਧਾਨ ਹੈ, ਉਹ ਵਿਧੀ ਵਿਧਾਨ 'ਚ ਕੋਈ ਵੀ ਸਰਕਾਰ ਨਵੀਂ ਪਾਲਿਸੀ ਬਣਾ ਸਕਦੀ ਹੈ।
ਆ ਪੀਐਮਐਲਏ ਕਾਨੂੰਨ ਦੇ ਤੌਰ ਤੇ ਕਿੰਨੇ ਕਿੰਨੇ ਲੋਕਾਂ ਤੋਂ ਫੰਡ ਲੈ ਕੇ ਕਿੰਨੇ ਕਿੰਨੇ ਲੋਕਾਂ ਨੂੰ ਸਰਕਾਰ ਨੇ ਫਾਇਦਾ ਦਿੱਤਾ ਹੈ ਕੀ ਫਿਰ ਜਾਂ ਤਾਂ ਬੀਜੇਪੀ ਮੰਗ ਕਰੇ ਵੀ ਏਦਾਂ ਦੀਆਂ ਪਾਲਿਸੀ ਚ ਜਿਹਨੂੰ ਵੀ ਫਾਇਦਾ ਮਿਲਿਆ ਸਭ ਤੇ ਕੇਸ ਹੋਣੇ ਚਾਹੀਦੇ ਨੇ, ਆਪਦੇ ਬਾਰੇ ਚੁੱਪ ਕਿਉਂ ਕਰ ਜਾਂਦੇ ਨੇ ਫਿਰ? ਇਹ ਵੀ ਤਾਂ ਪਾਲਿਸੀ ਹੈ ਨਾ। ਇਸ ਕਰਕੇ ਸਰਕਾਰ ਨੂੰ ਨੀਤੀ ਬਣਾਉਣ ਦਾ ਅਧਿਕਾਰ ਹੈ, ਜੇ ਉਹ ਨੀਤੀ ਕੰਸਟੀਟਿਊਸ਼ਨ ਦੇ ਉਲਟ ਜਾ ਰਹੀ ਹੈ ਫਿਰ ਵੀ ਗਲਤ ਗੱਲ ਹੈ, ਜੇ ਉਹ ਨੀਤੀ ਚ ਕਿਸੇ ਨੂੰ ਸਪੈਸ਼ਲ ਬੈਨੀਫਿਟ ਦੇਣ ਲਈ ਬਣਾਈ ਹੈ ਗਲਤ ਗੱਲ ਹੈ, ਜੇ ਉਹ ਨੀਤੀ ਚ ਰਿਸ਼ਵਤਖੋਰੀ ਹੋਈ ਹੈ ਗਲਤ ਗੱਲ ਹੈ। ਇਹਦੇ ਵਿੱਚ ਕੋਈ ਦੋਸ਼ ਲਾਉਣੇ ਚਾਹੀਦੇ ਨੇ, ਪੁਖਤਾ ਦੋਸ਼ ਕਿਹਦੇ ਵਿੱਚ ਹੋਇਆ ਕੀ ਹੈ ਇਹ ਨੀਤੀ ਚ? ਬਿਲਕੁਲ, ਇੱਥੇ ਇਸ ਪ੍ਰੋਗਰਾਮ ਨੂੰ ਇੱਥੇ ਖਤਮ ਕਰਦੇ ਹਾਂ। ਅੰਨਾ ਹਜ਼ਾਰੇ ਜਿਹੜੇ ਨੇ ਕੇਜਰੀਵਾਲ ਸਾਹਿਬ ਦੇ ਨਾਲ ਰਹੇ ਨੇ, ਉਹਨਾਂ ਦਾ ਜਿਹੜਾ ਬਿਆਨ ਹੋ ਕੇ ਕਾਫੀ ਚਰਚਾ ਚੱਲ ਰਿਹਾ ਕਿ ਕੇਜਰੀਵਾਲ ਸਾਹਿਬ ਨੇ ਕਰੋੜਾਂ ਭਾਰਤੀਆਂ ਦਾ ਵਿਸ਼ਵਾਸ ਤੋੜਿਆ ਹਾਲ ਦੀ ਘੜੀ। ਮੈਂ ਇੱਕ ਗੱਲ ਫੇਰ ਕਹੂੰਗਾ, ਚੰਗਾ ਹੁੰਦਾ ਜੇ ਅੰਨਾ ਹਜ਼ਾਰੇ ਨਾਲ ਇਹ ਕਹਿੰਦੇ ਕਿ ਮੈਂ ਇੱਕ ਅੰਦੋਲਨ ਰਿਸ਼ਵਤਖੋਰੀ ਦੇ ਖਿਲਾਫ਼ ਲੜਿਆ ਜਿਹਦੇ ਵਿੱਚੋਂ ਭਾਰਤੀ ਜਨਤਾ ਪਾਰਟੀ ਪੈਦਾ ਹੋਈ, ਪਰ ਮੇਰਾ ਵੀ ਦਿਲ ਟੁੱਟਿਆ ਇਹਦੇ ਨਾਲ, ਉਹ ਫਿਰ ਰਿਸ਼ਵਤ ਚ ਫਸ ਰਹੀ ਹੈ। ਤਾਂ ਚੰਗਾ ਹੁੰਦਾ ਫਿਰ ਅਸੀਂ ਅੰਨਾ ਹਜ਼ਾਰੇ ਨੂੰ ਬਹੁਤ ਅੱਛਾ ਮੰਨਦੇ ਜੇ ਉਹ ਕਹਿੰਦੇ ਕਿ ਇਲੈਕਟੋਰਲ ਬੌਂਡ ਵਿੱਚ ਨਾ ਮੇਰਾ ਭਾਰਤੀ ਜਨਤਾ ਪਾਰਟੀ ਨੇ ਦਿਲ ਤੋੜਿਆ, ਜੇਕਰ ਐਂ ਕਹਿੰਦੇ ਇਹ ਜਾਦੇ ਬਾਜ ਮੋੜਨਾ ਸੀ। ਬਿਲਕੁਲ, ਗੱਲ ਵੀ ਸਹੀ ਹੈ ਕਿਉਂਕਿ ਸਿਆਸਤ ਹੋ ਰਹੀ ਹੈ ਨਾ ਸਾਰੇ ਪਾਸੇ ਕੋਲ, ਤੁਸੀਂ ਮੌਕੇ ਬੇਮੌਕੇ ਤੇ ਆ ਕੇ ਬਿਆਨ ਦਿੰਦੇ ਹੋ ਜਦੋਂ ਗੱਲ ਹੋਣੀ ਚਾਹੀਦੀ ਹੈ। ਅੰਦੋਲਨ ਸੀ ਸੁਖਵਿੰਦਰ, ਉਹਦੇ ਵਿੱਚ ਸਾਬਤ ਇਹ ਹੋ ਗਿਆ ਕਿ ਜੇਕਰ ਉਹ ਅੰਦੋਲਨ ਆਰਐਸਐਸ ਲੜਦੀ ਉਹ ਅੰਦੋਲਨ ਕਾਮਯਾਬ ਨਹੀਂ ਹੋਣਾ ਸੀ। ਆਰਐਸਐਸ ਨੇ ਬੜੀ ਸਿਆਣਪ ਨਾਲ ਅੰਨਾ ਹਜ਼ਾਰੀ ਨੂੰ ਮਖੌਟਾ ਬਣਾ ਕੇ ਮੂਹਰੇ ਲਾ ਕੇ ਅੰਦੋਲਨ ਲੜਿਆ ਉਹ ਆਰਐਸਐਸ ਨੇ ਸੀ। ਬਿਲਕੁਲ, ਸ਼ੁਕਰੀਆ ਪ੍ਰੋਫੈਸਰ, ਥੈਂਕ ਯੂ ਜੀ।